ਇਹ ਸਿਆਸਤ ਹੈ ਮੇਰੇ ਦੋਸਤ ਇੱਥੇ ਮੌਸਮ ਬਦਲਣ ਤੋਂ ਪਹਿਲਾਂ ਸਿਆਸੀ ਲੋਕ ਬਦਲ ਜਾਂਦੇ ਨੇ ਤੇ ਫਿਰ ਉਹਨਾਂ ਕਿਸਾਨਾਂ ਦਾ ਕੀ ਹੋਇਆ ਜਿਨ੍ਹਾਂ ਨੇ ਤੁਹਾਨੂੰ ਵੋਟ ਦਿੱਤੀ ਉਹਨਾਂ ਕਿਸਾਨਾਂ ਦਾ ਕੀ ਹੋਇਆ ਜਿਨ੍ਹਾਂ ਦੇ ਕੰਮ ਉਹ ਉਹਨਾਂ ਕਿਸਾਨਾਂ ਦਾ ਕੀ ਹੋਇਆ ਜਿਨ੍ਹਾਂ ਨੇ ਆਤਮ ਹੱਤਿਆ ਕਰ ਲਈ ਉਹਨਾਂ ਕਿਸਾਨਾਂ ਦਾ ਕੀ ਹੋਇਆ ਜਿਨ੍ਹਾਂ ਦੀਆਂ ਜ਼ਮੀਨਾਂ ਖੋਸ ਜਾਣਗੀਆਂ ਹੁਣ ਤੁਸੀਂ ਇਨਸਾਫ ਤਾਂ ਨਹੀਂ ਕਰਾਉਂਦੇ ਜਿੰਨੀ ਗੱਸੀ ਹਮ ਤਾਂ ਮਾਰ ਕੇ ਸਰਕਾਰ ਨੂੰ ਲਿਆਂਦਾ ਸੀ ਜਿੰਨੀਆਂ ਕਿ ਡਿਬੇਟਸ ਅਸੀਂ ਕਰਦੇ ਸੀ ਕੁਝ ਸੋਨੇ ਮੁੱਕੀ ਵੀ ਹੋਏ ਸੀ ਸਾਰਾ ਕੁਝ ਹੋਏ ਟੀਵੀਾਂ ਤੇ ਸਾਰੀ ਦੁਨੀਆ ਨੂੰ ਪਤਾ ਇਸ ਚੀਜ਼ ਦਾ ਅਖਬਾਰਾਂ ਪੇ ਲੀਡਿੰਗ ਪੇਪਰਾਂ 'ਚ ਆਇਆ ਉਸ ਤੋਂ ਬਾਅਦ ਵੀ ਤੋਂ ਅਮਰਿੰਦਰ ਸਿੰਘ ਨੇ ਕੀ ਕੀਤਾ ਠੱਗੀ ਮਾਰੀ ਸਰਕਾਰ ਅਗਰ ਇਲੈਕਸ਼ਨ ਲੜੀ ਕਾਂਗਰਸ ਕਾਂਗਰਸ ਦਾ ਮਲਿਆ ਮੇਟ ਹੋ ਜਾਏਗਾ ਮੈਂ ਤੁਹਾਨੂੰ ਦੱਸਦਾ ਅਹਿਮਤ ਪਟੇਲ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਰਾਹੁਲ ਗਾਂਧੀ ਜੀ ਤੇ ਸੋਨੀਆ ਗਾਂਧੀ ਜੀ ਅਮਰਿੰਦਰ ਸਿੰਘ ਤੌਰ ਦਾ ਕਰਦੇ ਹੋ ਤੇ ਕਾਂਗਰਸ ਬਚ ਜੇਗੀ ਜੀ ਅਰ ਸਿਮਿਤਕਰ ਬਦਲਪੁਰਤੀ ਛੱਟਛਕ ਦੀਏ ਕਿਸਾਨਾਂ ਦੇ ਲਈ ਦਾ ਫੋਸਟ ਮੈਟ੍ਰਿਕ ਸਕਾਲਰਸ਼ਿਪ ਸਕੈਮ ਦੇ ਲਈ 2 ਕੁਟਾਲੇ ਦੇ ਲਈ ਜ਼ਹਿਰੀਲੇ ਸ਼ਰਾਬਾਂ ਦੇ ਲਈ ਆਪਣੇ ਵਾਲੇ ਕੁਰਸੀ ਕਤੋਂ ਛੱਡਣ ਦੀ ਜਿਹੜੇ ਚਿੱਟੇ ਕੱਪੜੇ ਵਾਲੇ ਘੁੰਮਦੇ ਨੇ ਸਾਡੇ ਸਮਾਜ ਦੇ ਵਿੱਚ ਪੰਜ ਸਾਲਾਂ ਮਗਰੋਂ ਦਿਖਦੇ ਨੇ ਕਹਿੰਦੇ ਨੇ ਤੁਹਾਡੀ ਸੇਵਾ ਕਰਾਂਗੇ ਮੇਰੇ ਖਿਆਲ ਸਭ ਤੋਂ ਜ਼ਿਆਦਾ ਖਤਰਾ ਸਾਨੂੰ ਉਹਨਾਂ ਤੋਂ ਹੈ ਪਰ ਕੈਪਟਨ ਸਾਹਿਬ ਕਹਿੰਦੇ ਨੇ ਪਾਕਿਸਤਾਨ ਨੂੰ ਖਤਰਾ ਹੈ ਕੀ ਗੱਲ ਸਿਰਫ ਪਾਕਿਸਤਾਨ ਨੂੰ ਹੀ ਖਤਰਾ ਹੈ ਪਾਕਿਸਤਾਨੀਆਂ ਤੋਂ ਨਹੀਂ ਪ੍ਰਮੇਂਦਰ ਸਿੰਘ ਵਾਲੀ ਕੋਲ ਪੱਕਾ ਜਾਣਕਾਰੀ ਹੈ ਹਰ ਚੀਜ਼ ਦੀਆਂ ਨੇ ਅੱਜ ਆਉਣ ਵਾਲਾ ਸਮਾਂ ਤਾਂ ਦੇਖੋ ਸਾਰ ਦੱਸਾਂਗੇ ਕੈਨੇਡਾ ਕਿੱਥੇ ਗੱਲ ਚੱਲ ਰਹੀ ਹੈ ਇਹਨਾਂ ਦੀ ਦੱਸਾਂਗੇ ਦੁਬਈ 'ਚ ਕਿੱਥੇ ਗੱਲ ਚੱਲ ਰਹੀ ਹੈ ਦੁਬਈ 'ਚ ਕਿੱਥੇ ਕਿਹ ਕੈਪਟਨ ਸਾਹਿਬ ਨੂੰ ਖੁੱਡੇ ਲਾਈਨ ਕੌਣ ਲਾਏਗਾ ਨਵਜੋਤ ਸਿੰਘ ਸਿੱਧੂ ਇਹ ਅੱਜ ਬਹੁਤ ਵੱਡਾ ਮੌਕਾ ਹੈ ਨਵਜੋਤ ਸਿੰਘ ਸਿੱਧੂ ਕੋਲ ਇਸ ਤੋਂ ਬਾਅਦ ਇਹ ਮੌਕਾ ਨਹੀਂ ਮਿਲਣਾ ਨਵਜੋਤ ਸਿੰਘ ਸਿੱਧੂ ਇਹ ਸਿਆਸਤ ਹੈ ਮੇਰੇ ਦੋਸਤ ਇੱਥੇ ਮੌਸਮ ਬਦਲਣ ਤੋਂ ਪਹਿਲਾਂ ਸਿਆਸੀ ਲੋਕ ਬਦਲ ਜਾਂਦੇ ਨੇ ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਅੱਜ ਗੱਲਬਾਤ ਕਰਾਂਗੇ ਬਦਲਦੇ ਸਿਆਸੀ ਸਮੀਕਰਨ ਦੀ ਸਾਡੇ ਨਾਲ ਮੌਜੂਦ ਨੇ ਸਰਦਾਰ ਜੀਐਸ ਬਾਲੀ ਜੀ ਉਹਨਾਂ ਕੋਲੋਂ ਜਾਣਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ ਬਹੁਤ ਸਵਾਗਤ ਹੈ ਦੇ ਖਬਰਸਾਰ ਤੇ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਬਲੀ ਸਾਹਿਬ ਸਭ ਤੋਂ ਮੇਰਾ ਪਹਿਲਾ ਸਵਾਲ ਜਿਵੇਂ ਮੈਂ ਕਿਹਾ ਹੈ ਕਿ ਮੌਸਮ ਤੋਂ ਪਹਿਲਾਂ ਸਿਆਸਤ ਦੇ ਵਿੱਚ ਲੋਕ ਬਦਲ ਜਾਂਦੇ ਨੇ ਅਸਤੀਫਾ ਜੋ ਬੀਬਾ ਹਰਸਿਮਰਤ ਕੋਰ ਬਦਲ ਵੱਲੋਂ ਆਇਆ ਹੈ ਤੁਸੀਂ ਕਿਵੇਂ ਦੇਖਦੇ ਹੋ ਸੁਣਨ ਇਹ ਵੀ ਆ ਰਿਹਾ ਹੈ ਕਿ ਇੱਕ ਵੱਡੀ ਸਾਜਿਸ਼ ਦਾ ਛੋਟਾ ਜਿਹਾ ਹਿੱਸਾ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਵੱਡੀ ਸਾਜਿਸ਼ ਦਾ ਇੱਕ ਛੋਟਾ ਜਿਹਾ ਬੜੀ ਗੰਭੀਰਤਾ ਨਾਲ ਬੜੀ ਸੂਚ ਵਿਚਾਰਨਾ ਹਰ ਰਾਜਨੀਤੀ ਕੇ ਸੀਨ ਨੂੰ ਦਿਖੇ ਵੀ ਇਸ ਦੀ ਵਕਯੂ ਹੋਇਆ ਕੀ ਗੱਲਬਤ ਹੋਈ ਅਗਰ ਸਰਕਾਰ ਦੇ ਵਿੱਚ ਰਹਿੰਦੇ ਕਿਾ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਸੀ ਅੱਜ ਆਪਾਂ ਸਰਕਾਰ ਤੋਂ ਬਾਹਰ ਹੋ ਗਏ ਆ ਕਿ ਆਪਾਂ ਲੋਕਾਂ ਦਾ ਭਲਾ ਕਰ ਸਕਦੇ ਆ ਲੋਕ ਇੰਦਰੀ ਸੀ ਨੂੰ ਰਿਜ਼ਾਈਨ ਕਰਦਣਾ ਚਾਹੁੰਦਾ ਮੈਂ ਪਾਰਲੀਮੈਂਟ ਵਿੱਚ ਵੀ ਇਹ ਚੀਜ਼ ਸੁਣੀ ਅੱਜ ਰਿਜ਼ਾਈਨ ਨੂੰ 5 ਸਾਲ ਪਹਿਲੇ ਸਰਕਾਰ ਰੈਲੀਅਨਸ ਚ 1 ਸਾਲ ਹੁਣ ਮੇਰੇ ਕਾਲ ਹੋਰ ਹੋ ਗਏ 8-7 ਮਹੀਨੇ ਹੋਰ ਹੋ ਗਏ ਕਿ ਕਿ ਆਪਾਂ ਲੋਕਾਂ ਦਾ ਭਲਾ ਹੀ ਨਹੀਂ ਕਰ ਪਏ ਮੈਨੂੰ ਨਹੀਂ ਲੱਗਦਾ ਨਾ ਮੈਂ ਉਹਨਾਂ ਦੀ ਬੁਰਾਈ ਕਰਾਂਗਾ ਤੇ ਨਾ ਮੈਂ ਉਹਨਾਂ ਦੀ ਅਛਾਈ ਕਰਾਂਗਾ ਇਸ ਗੱਲ ਦੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਇਹ ਉਹਨਾਂ ਦੀ ਆਪਣੀ ਸੋਚ ਸੀ ਮੈਂ ਤੇ ਇੱਕ ਰਾਜਨੀਤਿਕ ਬੰਦਾ ਇਸ ਕਰਕੇ ਮੇਰੀ ਸੋਚ ਤੋਂ ਬਿਲਕੁਲ ਬਾਹਰ ਹੈ ਕਿ ਆਪਾਂ ਲੋਕਾਂ ਦਾ ਭਲਾ ਨਾ ਕਰੀਏ ਤੇ ਲੋਕਾਂ ਦਾ ਆਪਾਂ ਰਜ਼ਾਇਨ ਕਰਕੇ ਜੇ ਪਾਵਰ ਦਿੱਤੀ ਹੈ ਤਾਂ ਆਪਾਂ ਬਾਹਰ ਚਲੇ ਜਾਈਏ ਇਹ ਕੋਈ ਇਨਸਾਫ ਵਾਲੀ ਗੱਲ ਨਹੀਂ ਹੈਗੀ ਲੋਕਾਂ ਚ ਲੋਕਾਂ ਨੇ ਤੇ ਚੁਣਿਆ ਸੀ ਇਸੇ ਕਰਕੇ ਸੀ ਵੀ ਸਾਨੂੰ ਤੁਸੀਂ ਇਨਸਾਫ ਦਿਵਾਓਗੇ ਤੇ ਅੱਜ ਤੁਸੀਂ ਮਿਨਿਸਟਰੀ ਛੱਡ ਕੇ ਆ ਗਏ ਨਾ ਮੈਂ ਬੁਰਾਈ ਕਰਦਾ ਤੇ ਨਾ ਮੈਂ ਉਹਨਾਂ ਦੀ ਕੋਈ ਅਛਾਈ ਕਰਦਾ ਇਹ ਉਹਨਾਂ ਦੀ ਆਪਣੀ ਸੋਚ ਸੀ ਉਹਨਾਂ ਨੇ ਕੀ ਕੀਤਾ ਉਹਦਾ ਲੋਕ ਜਵਾਬ ਦੇਣਗੇ ਲੇਕਿਨ ਉਹ ਕਹਿੰਦੇ ਨਹੀਂ ਯਾਨੀ ਕਿ ਬੀਬਾ ਹਰਸਿਮਰਤ ਘਰਬਾਦਲ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਕਿਸਾਨਾਂ ਕਰਕੇ ਜੋ ਇਹ ਕੁਰਸੀ ਦੀ ਕੁਰਬਾਨੀ ਦਿੱਤੀ ਗਈ ਕਿਸਾਨ ਸਭ ਕੁਝ ਨਹੀਂ ਕੁਰਸੀ ਕੁਝ ਵੀ ਨਹੀਂ ਜਿਸ ਕਰਕੇ ਦਿੱਤੀ ਹੈ ਦੂਜੇ ਪਾਸੇ ਕਾਂਗਰਸ ਵਾਲੇ ਵੀ ਆਮਾਦੀ ਪਾਰਟੀ ਵਾਲੇ ਵੀ ਲਗਾਤਾਰ ਕਹਿ ਰਹੇ ਸੀ ਕਿ ਅਸਤੀਫਾ ਦਿਓ ਅਸਤੀਫਾ ਦਿਓ ਤੁਹਾਨੂੰ ਇਹ ਲੱਗਦਾ ਹੈ ਕਿ ਕੀ ਪਤਾ ਮੂੰਹ ਬੰਦ ਕਰਵਾਉਣ ਦੇ ਲਈ ਅਸਤੀਫਾ ਦਿੱਤਾ ਗਿਆ ਹੋ ਬੜੀ ਅੱਛੀ ਗੱਲ ਹੈ ਤੁਹਾਡੀ ਤੁਸੀਂ ਇਹ ਗੱਲ ਕੀਤੀ ਹੈ ਮਗਰ ਲੋਕਾਂ ਨੇ ਜਦੋਂ ਮੈਂਬਰ ਪਾਰਲੀਮੈਂਟ ਜਤਾਇਆ ਸੀ ਇਹ ਦੋ ਮੈਂਬਰ ਪਾਰਲੀਮੈਂਟ ਜਿੰਦੇ ਸੀ ਅਲਾਈਂਸ ਐਂਡੀਏ ਅਗਰ ਇਹਨਾਂ ਨੂੰ ਮੰਤਰੀ ਬਣਾਇਆ ਸੀ ਲੋਕਾਂ ਨੇ ਅਗਰ ਇਹਨਾਂ ਨੂੰ ਅਗਰ ਮੈਂਬਰ ਪਾਰਲੀਮੈਂਟ ਬਣਾਇਆ ਸੀ ਤੇ ਇਨਸਾਫ ਕਰਨ ਦੇ ਸਿਤੇ ਬਣਾਇਆ ਸੀ ਅਗਨ ਦਰਿੰਦਰ ਮੋਦੀ ਜੀ ਨੇ ਇਹਨਾਂ ਨੂੰ ਮੰਤਰੀ ਬਣਾਇਆ ਸੀ ਤੇ ਅਸੀਂ ਕਿ ਲੋਕਾਂ ਦੇ ਕੰਮ ਕਰਾਉਣਾ ਸੀ ਉਹਨਾਂ ਨੇ ਇਸ ਕਰਕੇ ਐਡੀ ਵੱਡੀ ਸ਼ੋਹਰਤ ਉਹਨਾਂ ਦੇ ਸੀ ਕਿ ਮੈਂ ਜਦੋਂ ਅਕਾਲੀ ਦਲ ਤੇ ਸੀ ਮੈਂ ਆਪ ਪਰਸਨਲੀ ਉਹਨਾਂ ਨੂੰ ਮਿਲਿਆ ਵੀ ਸੀ ਮੈਂ ਦੇਖਿਆ ਵੀ ਸੀ ਉਹਨਾਂ ਦੀ ਸ਼ਾਨ ਉਹ ਸ਼ੌਕਤ ਆਪ ਮੈਂ ਪਰਸਨਲੀ ਵੀ ਦੇਖ ਕੇ ਆਇਆ ਸੀ ਲੋਕਾਂ ਦੇ ਕੰਮਾਂ ਵਾਸਤੇ ਜਦੋਂ ਰਜ਼ਾਈਨ ਦੇਣ ਤੋਂ ਬਾਅਦ ਆਪਾਂ ਇਹ ਸੋਚ ਲਈਏ ਵੀ ਆਪਾਂ ਲੋਕਾਂ ਦੇ ਕੰਮ ਕਰਾਵਾਂਗੇ ਤੇ ਫਿਰ ਉਹਨਾਂ ਕਿਸਾਨਾਂ ਦਾ ਕੀ ਹੋਇਆ ਜਿਨ੍ਹਾਂ ਨੇ ਤੁਹਾਨੂੰ ਵੋਟ ਦਿੱਤੀ ਉਹਨਾਂ ਕਿਸਾਨਾਂ ਦਾ ਕੀ ਹੋਇਆ ਜਿਨ੍ਹਾਂ ਦੇ ਕੰਮ ਰੁਕ ਗਏ ਉਹਨਾਂ ਕਿਸਾਨਾਂ ਦਾ ਕੀ ਹੋਇਆ ਜਿਨ੍ਹਾਂ ਨੇ ਆਤਮ ਹੱਤਿਆ ਕਰ ਲਈ ਉਹਨਾਂ ਕਿਸਾਨਾਂ ਦਾ ਕੀ ਹੋਇਆ ਜਿਨ੍ਹਾਂ ਦੀਆਂ ਜ਼ਮੀਨਾਂ ਖਸ ਜਾਣਗੀਆਂ ਹੁਣ ਤੁਸੀਂ ਇਨਸਾਫ ਤਾਂ ਨਹੀਂ ਕਰਾ ਪਏ ਨਾ ਅੱਜ ਤੁਹਾਡਾ ਸੰਝੋਤਾ ਅੱਜ ਜਿਹੜੇ ਸੁਖਵੀਰ ਜੀ ਨੇ ਉਹਨਾਂ ਨੇ ਇੰਨੀ ਗੱਲ ਕਹਿ ਵੀ ਦਿੱਤੀ ਹੈ ਕਿ ਮੈਂ ਅਗਰ ਇਹਨਾਂ ਨੇ ਆਰਡੀਨੈਂਸ ਵਾਪਸ ਨਹੀਂ ਲਏ ਅਗਰ ਇਹਨੇ ਪ੍ਰਸਤਾਵ ਪਾਰਲੀਮੈਂਟ ਚੋਂ ਵਾਪਸ ਨਹੀਂ ਆਇਆ ਉਹ ਤਾਂ ਪਾਸ ਹੀ ਹੋ ਗਨੇ ਵਾਪਸ ਜਿਹੜੇ ਤਾਂ ਸੰਝਾ ਸਾਡਾ ਸੰਝੋਤਾ ਟੁੱਟ ਗਿਆ ਸਜੋਤਾ ਤੇ ਉਸੇ ਵੇਲੇ ਟੁੱਟ ਗਿਆ ਜਿਸ ਵੇਲੇ ਤੁਸੀਂ ਰਿਜ਼ਾਈਨ ਕਰਤਾ ਸੀ ਕਿ ਵਾਅਦਾ ਨੇ ਕਿਹਾ ਜਦੋਂ ਤੱਕ ਐਕਟ ਰੱਦ ਨਹੀਂ ਹੁੰਦਾ ਉਦੋਂ ਤੱਕ ਅਗਲੀ ਗੱਲਬਾਤ ਨਹੀਂ ਹੋਵੇਗੀ ਨਹੀਂ ਰੱਦ ਕਿੱਥੋਂ ਹੋਣਾ ਸਰ ਪਾਸ ਹੋ ਗਿਆ ਰੱਦ ਕਿੱਥੋਂ ਹੋਣਾ ਉਹ ਤਾਂ ਪਾਰਲੀਮੈਂਟ ਚ ਪਾਸ ਹੋ ਗਿਆ ਉਹ ਹੁਣ ਕਿੱਥੋਂ ਰੱਦ ਹੋਣਾ ਹੈ ਉਹ ਤਾਂ ਇਹ ਮੰਨ ਕੇ ਚੱਲੀਏ ਕਿ ਇੰਡੀਕੇਸ਼ਨ ਦੇ ਦੇ ਨੇ ਉਹ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਇੰਡੀਕੇਸ਼ਨ ਦੇ ਰਹੇ ਨੇ ਕਿ ਇਹ ਸਾਡਾ ਸੰਝੋਤਾ ਹੁਣ ਅੱਜ ਹੁਣ ਕੋਈ ਨਾ ਕੋਈ ਗੱਲ ਕਰਕੇ ਤਾਂ ਆਪਸੇ ਸੰਝੋਤਾ ਤੋੜਨਾ ਹੈ ਸਰ ਲੇਕਿਨ ਲੇਕਿਨ ਇਹੀ ਜਿਹੜੀ ਤੁਸੀਂ ਗੱਲ ਕਰ ਰਹੀ ਗਠਜੋੜ ਤੋੜਨ ਦੀ ਗੱਲ ਹੈ ਇਹ 2017 14 ਤੋਂ ਪਹਿਲਾਂ ਵੀ ਆਈ ਸੀ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋ ਕੇ ਕਾਂਗਰਸ ਵਿੱਚ ਗਏ ਉਦੋਂ ਵੀ ਇਹ ਗੱਲ ਸੀ ਜੇ ਭਾਜਪਾ ਵਾਲੇ ਅਕਾਲੀ ਦਲ ਨਾਲ ਗੜਜੋੜ ਤੋੜ ਲੈਂਦੇ ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਜਾਂਦੇ ਹੀ ਨਾ ਤੇ ਹੁਣ ਵੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਗਠਜੋੜ ਤੋੜਨ ਦੀ ਗੱਲ ਹੈ ਉਹ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ ਜਾਂ ਭਾਜਪਾ ਵੱਲੋਂ ਕੀਤੀ ਜਾ ਰਹੀ ਹੈ ਮੈਨੂੰ ਇਹ ਲੱਗਦਾ ਕਿ ਦੋਨੋਂ ਇੱਥੇ ਟਾੜੀ ਵੱਜ ਰਹੀ ਹੈ ਉਹ ਇਹਨਾਂ ਦੀ ਸੁਣਦੇ ਨਹੀਂ ਇਹ ਉਹਨਾਂ ਦਾ ਕੰਮ ਕਰਦੇ ਨਹੀਂ ਜਾਂ ਇੱਥੇ ਪੰਜਾਬ ਦੇ ਵਿੱਚ ਤੁਸੀਂ ਕੋਈ ਅਜੇ ਤੱਕ ਦੇਖਿਆ ਇਹਨਾਂ ਦਾ ਆਲਾਈਂਸ ਦਾ ਕੰਮ ਕੋਈ ਅਜੇ ਤੱਕ ਤੁਸੀਂ ਕੋਈ ਇਹਨਾਂ ਦੀ ਗੱਲਬਾਤ ਪੰਜਾਬ ਦੇ ਵਿੱਚ ਦੇਖੀ ਹੈ ਮੈਂ ਤਾਂ ਨਹੀਂ ਵੇਖੀ ਮੈਂ ਵੀ ਸਿਆਸਤ ਚ ਹੈਗਾ ਨਾ ਹੁਣ ਵੀ ਦੇਖ ਰਿਹਾ ਹੁਣ ਵੀ ਕੋਈ ਇਹਨਾਂ ਦੀ ਗੱਲ ਨਹੀਂ ਕੋਈ ਇਹਨਾਂ ਦੀ ਆਪ ਵਿੱਚ ਰੈਲੀ ਨਹੀਂ ਕੋਈ ਆਪ ਵਿੱਚ ਬੈਠਣਾ ਉੱਟਣਾ ਨਹੀਂ ਕੋਈ ਇਹਨਾਂ ਦੀ ਗੱਲਬਾਤ ਨਹੀਂ ਜਦੋਂ ਮੈਂ ਅਕਾਲੀ ਦਲ 'ਚ ਸੀ ਅੱਜ ਤੋਂ ਤਿੰਨ ਮਹੀਨੇ ਪਹਿਲੇ ਛੱਡਿਆ ਤੇ 14 ਮਹੀਨੇ ਮੈਂ ਰਿਹਾ ਅਕਾਲੀ ਦਲ 'ਚ ਮੈਂ ਉਦੋਂ ਵੀ ਕੋਈ ਨਹੀਂ ਦੇਖੀ ਇਸ ਕਰਕੇ ਬੜੀ ਦੇਰ ਦੀਆਂ ਦਰਾਰਾਂ ਚੱਲਦੀਆਂ ਨੇ ਭਾਜੀਪੀ ਦੀ ਇੱਕ ਸੋਚ ਵੀ ਹੈ ਪੰਜਾਬ ਦੀ ਕਿ ਅਸੀਂ ਇਹਨਾਂ ਕੋਲੋਂ ਅਲੱਗ ਇਲੈਕਸ਼ਨ ਲੜਨਾ ਉਹ ਵੀ ਅਸੀਂ ਦੇਖਿਆ ਤੇ ਨੱਡਾ ਸਾਹਿਬ ਵੀ ਇਹਨਾਂ ਦੇ ਘਰ ਉੱਥੇ ਗਏ ਸੁਖਵੀਰ ਜੀ ਦੇ ਉੱਥੇ ਜਾ ਕੇ ਬਹਿ ਕੇ ਹੋਏ ਤੁਹਾਨੂੰ ਵੀ ਪਤਾ ਹੋਏਗਾ ਜੀ ਇਹ ਮੀਟਿੰਗਾਂ ਹੋਈਆਂ ਸਾਰੀਆਂ ਕੁਰ ਔਰ ਉਹ ਅਲੱਗ ਇਲੈਕਸ਼ਨ ਲੜਨਗੇ ਇਹ ਅਲੱਗ ਇਲੈਕਸ਼ਨ ਲੜਨਗੇ ਸਮੀਕਰਨ ਫਿਰ ਇਲੈਕਸ਼ਨ ਤੋਂ ਬਾਅਦ ਕੀ ਬਣਦੇ ਨੇ ਇਹ ਫਿਰ ਦੱਸਾਂਗੇ ਸਰ ਲੇਕਿਨ ਇੱਕ ਵੱਡਾ ਸਵਾਲ ਇਹ ਵੀ ਹੈ ਕਿਉਂਕਿ ਕੁਝ ਸਿਆਸੀ ਜੋ ਮਾਹਰ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਚੰਗੀ ਗੱਲ ਹੈ ਜੇ ਬਿਪਾਰ ਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਮੋੜਾ ਪਿਆ ਕਿਉਂਕਿ ਕਹਿੰਦੇ ਰਾਹ ਭੁੱਲ ਗਏ ਸੀ ਸ਼ਰਮਣੀ ਅਕਾਲੀ ਦਲ ਵਾਲੇ ਸ਼ਰਮਣੀ ਅਕਾਲੀ ਦਲ ਜਿਸ ਕਰਕੇ ਬਣਿਆ ਸੀ ਜਿਵੇਂ ਬਣਿਆ ਸੀ ਸ਼ਾਇਦ ਇਹ ਰਾਹ ਭੁੱਲ ਗਏ ਸੀ ਤੇ ਚੰਗੀ ਗੱਲ ਹੈ ਜੇ ਮੋੜਾ ਪਿਆ ਤੁਸੀਂ ਕਹਿ ਰਹੇ ਹੋ ਕੋਈ ਜ਼ਿਆਦਾ ਫਰਕ ਨਹੀਂ ਪਿਆ ਨਹੀਂ ਮੈਨੂੰ ਕੋਈ ਗੱਲ ਨਹੀਂ ਜੇ ਮੋੜਾ ਪਿਆ ਤਾਂ ਫਿਰ 5-10 ਸਾਲ 15 ਸਾਲ 20 ਸਾਲ ਇੰਤਜ਼ਾਰ ਕਰਨ ਫਿਰ ਉਹ ਲਿਆਂਡ ਪਾਰਟੀ ਉਹਦਾਂ ਦੀ ਜਿੱਦਾਂ ਦੀ ਬਾਦਲ ਸਾਹਿਬ ਦੀ ਪਾਰਟੀ ਸੀ ਲਿਆਂਡ ਉਸ ਪਾਰਟੀ ਨੇ ਪਾਰਟੀ ਤਾਂ ਆਲਰੇਡੀ ਟੁੱਟ ਗਈ ਨਾ ਸਰ ਮੋੜਾ ਪਿਆ ਤਾਂ ਫਿਰ ਉਹ ਬੜੀ ਸਟ੍ਰਗਲ ਕਰਨੀ ਪੈਗੀ ਇਹ ਸੋਚਣਗੇ ਵੀ ਅਸੀਂ ਅਗਲੇ ਇਲੈਕਸ਼ਨ ਚ ਜਿੱਤ ਜਾਂਗੇ ਨਹੀਂ ਮੋੜਾ ਪੈਣ ਦੇ ਵਿੱਚ ਟਾਈਮ ਲੱਗਦਾ ਹੁੰਦਾ ਹੈ ਉਹ ਜੋ ਪਲੇਟਫਾਰਮ ਦੇ ਆਨ ਤੇ ਟਾਈਮ ਲੱਗਦਾ ਹੁੰਦਾ ਅੱਜ ਜਿਹੜੇ ਲੀਡਰ ਬੈਠੇ ਨੇ ਜੇ ਆਪਾਂ 100 ਸਾਲ ਦੀ ਪੁਰਾਣੀ ਪਾਰਟੀ ਨੂੰ ਅਕਾਲੀ ਦਲ ਨੂੰ ਵੇਖ ਲਈਏ ਕਿੰਨੀਆਂ ਉਹਨਾਂ ਦੀਆਂ ਸ਼ਹੀਦੀਆਂ ਸੀ ਕਿੰਨੇ ਕਿੰਨੇ ਉਹਨਾਂ ਦੇ ਸਿਸਟਮ ਸੀ ਕਿੰਨੇ ਉਹਨੀਆਂ ਜੇਲ੍ਹਾਂ ਸੀ ਅੱਜ ਕੋਈ ਲੀਡਰ ਹੈ ਵਜਾ ਹੈ ਜਿਨ੍ਹਾਂ ਨੇ ਜਿੱਲਾਂ ਕਟੀਆਂ ਚਾਹੇ ਇਹਨਾਂ ਦੇ ਪ੍ਰੈਜ਼ੀਡੈਂਟ ਹੋਣ ਤੇ ਚਾਹੇ ਇਹਨਾਂ ਦਾ ਇੱਕ ਹੋਰ ਮੰਤਰੀ ਹੈ ਜਿਹੜਾ ਬਹੁਤ ਬੋਲਦਾ ਕਿ ਕਿਆ ਉਹਨੇ ਅਜ ਤੱਕ ਕੋਈ ਜੇਲ ਕੱਟੀ ਹੈ ਕਿਉਂਕਿ ਉਹ ਰਿਸ਼ਤੇਦਾਰੀ ਹੋ ਤਾਂ ਚੁੱਕ ਕੇ ਲਿਆ ਕੇ ਉਹਨੂੰ ਬਿਠਾਤਾ ਉਹਦੀ ਬੱਲੇ ਬੱਲੇ ਕਰਾਉਂਦੀ ਇੱਥੇ ਪੰਜਾਬ 'ਚ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਦਾ ਬਹੁਤ ਟਾਈਮ ਲੱਗੇਗਾ ਅਗਰ ਵੱਡੇ ਬਾਦਲ ਸਾਹਿਬ ਇਹ ਗੱਲ ਕਹਿੰਦੇ ਤਾਂ ਕੁਝ ਸਮਝ ਹੀ ਚੰਦੀ ਇਹ ਕਹਿੰਦਾ ਇਹਨਾਂ ਨੇ ਕੋਈ ਜੇਲ ਹੀ ਨਹੀਂ ਕੱਟੀ ਇਹਨਾਂ ਦੇ ਤਾਂ ਕੋਈ ਧਰਨਾ ਹੀ ਨਹੀਂ ਦਿੱਤਾ ਵਜਾ ਹੁਣ ਇੱਥੇ ਪੰਜਾਬ ਹੈ ਆਪਣੇ ਜੀ ਧਰਨਾ ਦੇਤਾ ਆਦੀ ਪੁਲਿਸ ਤੇ ਇਹਨਾਂ ਦੀ ਉਹਦੇ ਬੰਦੇ ਤੇ ਇਹਨਾਂ ਦੀ ਨਹੀਂ ਸਰਕਾਰ ਜਿਹੜੀ ਕਾਂਗਰਸ ਦੀ ਉਹ ਮਿਲੀ ਭਗਤ ਇਹਨਾਂ ਨੂੰ ਤੇ ਉਤੋਂ ਉਹਨਾਂ ਦੇ ਧਰਨੇ ਦਾ ਫਾਇਦਾ ਕੀ ਤੁਸੀਂ ਕਹਿ ਰਹੇ ਹੋ ਕਿ ਸ਼ਰਮਣੀ ਅਕਾਲੀ ਦਲ ਦੀ ਜੇ ਅਸੀਂ ਗੱਲ ਕਰੀਏ ਤਾਂ ਉਹ 2022 ਦੇ ਵਿੱਚ ਸਰਕਾਰ ਕੱਲੀ ਨਹੀਂ ਬਣਾ ਸਕਦੀ ਨਜ਼ਰ ਨਹੀਂ ਆਉਂਦੀ ਬਣਾਦੀ ਨਹੀਂ 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 ਬਿਲਕੁਲ ਨਹੀਂ ਨਹੀਂ ਤੇ ਨਜ਼ਰ ਸਰ ਨਜ਼ਰ ਦਾ ਕਾਂਗਰਸ ਵੀ ਨਹੀਂ ਆਂਦੀ ਬਣਾਦੀ ਜਿਦਾਂ ਦੇ ਹਾਲਾਤ ਚੱਲ ਰਹੇ ਨੇ ਮੈਂ بار-बार ਸਰ ਕਹਿ ਰਿਹਾ ਤੁਸੀਂ ਅਕਾਲੀ ਦਲ ਦੀ ਗੱਲ ਕਰ ਰਹੇ ਹੋ ਮੈਂ ਜਵਾਬ ਦੇਣਾ ਮੈਂ ਤਾਂ ਅਕਾਲੀ ਦਲ ਦੀ ਗੱਲ ਹੀ ਨਹੀਂ ਕਰਨਾ ਨਹੀਂ ਮੈਂ ਕਿਉਂ ਖੁਸ਼ ਹਾਂ ਸੀ ਕਾਂਗਰਸ ਨਾਲ ਮੈਂ ਤੇ ਉਹ ਆਨ ਆਈ ਡੀ ਇਸੇ ਕਰਕੇ ਹੋਇਆ ਅਮਰਿੰਦਰ ਸਿੰਘ ਕੋਲ ਜਿੰਨੀ ਕ ਅਸੀਂ ਹਿੰਮਤ ਮਾਰ ਕੇ ਸਰਕਾਰ ਨੂੰ ਲਿਆਂਦਾ ਸੀ ਜਿੰਨੀਆਂ ਕਿ ਡਿਬੇਟਸ ਅਸੀਂ ਕਰਦੇ ਸੀ ਕੋਈ ਸੁਣਨ ਮੁੱਕੀ ਵੀ ਹੋਈ ਸੀ ਸਾਰਾ ਕੁਝ ਹੋਏ ਟੀਵੀਾਂ ਤੇ ਸਾਰੀ ਦੁਨੀਆ ਨੂੰ ਪਤਾ ਇਸ ਚੀਜ਼ ਦਾ ਅਖਬਾਰਾਂ ਪੇ ਲੀਡਿੰਗ ਪੇਪਰਾਂ 'ਚ ਆਇਆ ਉਸ ਤੋਂ ਬਾਅਦ ਵੀ ਅਮਰਿੰਦਰ ਸਿੰਘ ਨੇ ਕੀ ਕੀਤਾ ਠੱਗੀ ਮਾਰੀ ਸਰਕਾਰ ਨੂੰ ਤੁਹਾਡੇ ਸਾਹਮਣੇ ਔਰ ਅੱਜ ਵੀ ਠੱਗੀ ਮਾਰ ਰਹੇ ਨੇ ਤੇ ਗੱਲ ਕੀ ਕਰ ਰਹੇ ਨੇ ਉਹ ਕਿ ਮੈਂ ਕਿਸਾਨਾਂ ਵਾਸਤੇ ਛੱਜ ਬੋਲੇ ਛਾਨਣੀ ਵੀ ਬੋਲੇ ਮੈਂ ਕਿਸਾਨਾਂ ਦੇ 2 ਏਕੜ ਜ਼ਮੀਨ ਤੁਸੀਂ 2 ਏਕੜ ਦੇ ਕਿਸਾਨਾਂ ਵਾਸਤੇ ਕੀ ਕੀਤਾ 5 ਏਕੜ ਦੇ ਕਿਸਾਨ ਉਹਨਾਂ ਵਾਸਤੇ ਤੁਸੀਂ ਕੀ ਕੀਤਾ ਜਿਹੜੇ ਤੁਸੀਂ ਮੈਨੀਫੈਸਟੋ 'ਚ ਵਾਅਦੇ ਕੀਤੇ ਕਿ ਆ ਤੁਸੀਂ ਕਿਸਾਨਾਂ ਵਾਸਤੇ ਪੂਰੇ ਕੀਤੇ ਕਿਸੇ ਦੇ ਬੱਚੇ ਨੂੰ ਨੌਕਰੀ ਦਿੱਤੀ ਕਿਸੇ ਨੂੰ ਮੈਡੀਕਲ ਏਡ ਦਿੱਤੀ ਕਿਸੇ ਦੇ ਲੋਨ ਮਾਫ ਕੀਤੇ ਜਿਹੜੇ ਤੁਸੀਂ 90000 ਰੁਪਏ ਕਿਹਾ ਸੀ ਤੁਸੀਂ ਕਿਹੜੇ ਕਿਸਾਨਾਂ ਦੀ ਗੱਲ ਕਰਦੇ ਹੋ ਅੱਜ ਇਸ ਕਰਕੇ ਇਹ ਵਜੀਆਂ ਗੱਲਾਂ ਨਾ ਕਰੋ ਮਰੇਂਦਰ ਸਿੰਘ ਸਾਹਿਬ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਸੀਂ ਮੁੱਖ ਮੰਤਰੀ ਤੁਸੀਂ ਆਪਣਾ ਬੋਰੀ ਬਿਸਰਾ ਗੋਲ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿੰਨੀਆ ਮਰਜ਼ੀ ਐਡਮਿਨਿਸਟ੍ਰੇਸ਼ਨ ਆਪਣੀਆਂ ਬਣਾ ਲਓ ਤੁਸੀਂ ਜਿੰਨੀਆ ਮਰਜ਼ੀ ਇਲੈਕਸ਼ਨਾਂ ਦੀ ਕੈਂਪੇਨਿੰਗ ਬਣਾ ਲਓ ਤੁਸੀਂ ਜਿੰਨੀਆ ਮਰਜ਼ੀ ਬਣਾ ਲਓ ਗਏ ਸੀ ਨਾ ਤੁਸੀਂ ਦਿੱਲੀ ਤੇ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਜਾ ਕੇ ਉੱਥੇ ਕੰਪੇਨ ਕੀਤੀ ਸੀ ਜਿਵੇਂ ਮਾਂ ਕਰਤਾ ਮੈਂ ਉਹ ਕਰਤਾ ਨੌਕਰੀ ਤੁਸੀਂ ਅੰਦਰ ਖਾਤੇ ਦੇ ਰਹੇ ਹੋ ਲੋਕਾਂ ਨੂੰ ਆਪਣੇ ਲੋਕਾਂ ਨੂੰ ਦੇ ਰਹੇ ਹੋ ਇਹ ਡਿਪਟੀ ਐਡਵੋਕੇਟ ਜਨਰਲ ਜਾਂ ਇਹ ਡਬਲ اے ਜੀ ਤੁਸੀਂ ਆਪਣੇ ਲੋਕਾਂ ਨੂੰ ਲਾ ਰਹੇ ਹੋ ਡਿਪਟੀ ਐਡਵੋਕੇਟ ਜਨਰਲ ਤੁਸੀਂ ਬਾਹਰੋਂ ਲਿਆ ਕੇ ਬੰਦਾ ਲਾਉਂਦਾ ਇੱਥੇ ਦਿੱਲੀ ਤੋਂ ਲਿਆ ਕੇ ਸਾਡੇ ਐਡਵੋਕੇਟ ਹੀ ਸੀ ਨਹੀਂ ਸੀ ਹੈਗੇ ਪੰਜਾਬ ਦੇ ਵਿੱਚ ਇਸ ਕਰਕੇ ਤੁਸੀਂ ਇਹ ਗੌਂਲੂਆਂ ਤੋਂ ਮਿੱਟੀ ਨਾ ਛਾੜੋ ਅਸੀਂ ਤਾਂ ਬਹੁਤ ਤਿਆਰੀ ਚ ਹੈਗੇ ਆ ਅਸੀਂ ਉਹ ਦੇਖਣ ਜਾਗੇ ਕਿ ਪੰਜਾਬ ਦੇ ਅੰਦਰ ਪੂਰਾ ਭਰਮਣ ਕਰਾਂਗੇ ਇਸ ਚੀਜ਼ ਦਾ ਜਦੋਂ ਇਲੈਕਸ਼ਨ ਆਣਗੇ ਪੂਰੀ ਪਲੈਨਿੰਗ ਦੇ ਨਾਲ ਜਾਵਾਂਗੇ ਤੇ ਤੁਹਾਨੂੰ ਨਵੇੜ ਦੇ ਵਿੱਚ ਆਇਓ ਨੋ ਉਹ ਤੁਸੀਂ ਕੁਝ ਨਹੀਂ ਕੀਤਾ 3.5 ਸਾਲ ਚ ਸਿਰਫ ਪੈਸਾ ਇਕੱਠਾ ਕਰਨ ਤੁਸੀਂ ਵਪਾਰ ਕਰਨ ਤੁਸੀਂ ਵਪਾਰੀ ਕਰਨ ਕਰਤਾ ਅੱਜ ਪੰਜਾਬ ਦੇ ਵਿੱਚ ਮੈਨੂੰ ਕਹਿੰਨ ਚ ਕੋਈ ਇਤਰਾਜ਼ ਨਹੀਂ ਹੈਗਾ ਸਿਰਫ ਹੋਲਸੇਲ ਦੀ ਦੁਕਾਨ ਖੋਲੀ ਹੋਈ ਹੈ ਤੁਸੀਂ ਹੋਰ ਕੁਝ ਨਹੀਂ ਕੀਤਾ ਇਸ ਕਰਕੇ ਅਸੀਂ ਜਿੰਨੀ ਨਖਿੱਦੀ ਕਰਾਂਗੇ ਕਪਤਾਨ ਸਾਹਿਬ ਦੀ ਉਹ ਦੱਬ ਕੇ ਕਰਾਂਗੇ ਸਾਡੀ ਮੇਰੀ ਕੋ ਪਰਸਨ ਦੁਸ਼ਮਣੀ ਥੋੜੀ ਉਹਨਾਂ ਨਾਲ ਮੈਂ ਤਾਂ ਉਹਨਾਂ ਚੋਗਾ ਹੈ ਹੀ ਨਹੀਂ ਵੀ ਮੈਂ ਉਹਨਾਂ ਨਾਲ ਦੁਸ਼ਮਣੀ ਲਾਵਾਂ ਮਗਰ ਮੁੱਦੇ ਨਹੀਂ ਛੱਡਾਂਗਾ ਬਿਲਕੁਲ ਵੀ ਜਿਹੜੇ ਮੈਂ ਮੈਂ ਤਾਂ 3 ਸਾਲ ਉਦੋਂ ਸਰਕਾਰ ਸੀ ਜਦੋਂ ਮੈਂ ਛੱਟ ਕੇ ਆਇਆ 2 ਸਾਲ ਪਹਿਲੇ ਇਸ ਕਰਕੇ ਇਹ ਜਿਹੜੀਆਂ ਗੱਲਾਂ ਉਹਨਾਂ ਨੇ ਝੂਠ ਬੋਲਨੇ ਭੁੱਲ ਜਾਣ ਕਿ ਦੁਬਾਰਾ ਕਦੀ ਸਰਕਾਰ ਅਮਰਿੰਦਰ ਸਿੰਘ ਦੀ ਕਮਾਂਡ ਦੇ ਵਿੱਚ ਇਲੈਕਸ਼ਨ ਅਗਰ ਇਲੈਕਸ਼ਨ ਲੜੀ ਕਾਂਗਰਸ ਕਾਂਗਰਸ ਦਾ ਮਲਿਆ ਮੇਟ ਹੋ ਜਾਏਗਾ ਮੈਂ ਤੁਹਾਨੂੰ ਦੱਸਦਾ ਅਹਿਮਤ ਪਟੇਲ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਰਾਹੁਲ ਗਾਂਧੀ ਜੀ ਉਹ ਸੋਨੀਆ ਗਾਂਧੀ ਜੀ ਅਮਰਿੰਦਰ ਸਿੰਘ ਤੋਰਦਾ ਕਰਦੇ ਹੋ ਤੇ ਕਾਂਗਰਸ ਬਚ ਜੇਗੀ ਤੇ ਜੇ ਅਮਰਿੰਦਰ ਸਿੰਘ ਨੇ ਤੁਸੀਂ ਰੱਖਿਆ ਤੇ ਕਾਂਗਰਸ ਨਹੀਂ ਬਚਦੀ ਆਣਾ ਹਾਲਾਤ ਦੇਖ ਲਓ ਤੁਸੀਂ ਤੇ ਤੁਹਾਨੂੰ ਹੁਣ ਹਰੀਸ਼ ਰਵਤ ਜੀ ਨੂੰ ਵੀ ਬ ਪੰਜਾਬ ਦੇ ਬੜੇ ਅੱਛੇ ਲੀਡਰ ਨੇ ਮੈਂ ਤਾਂ 30 ਸਾਲ ਪੁਰਾਣਾ ਜਾਣਦਾ ਉਹਨਾਂ ਨੂੰ ਬੜੀ ਸਾਡੀ ਜ਼ਬਰਦਸਤ ਜੋਟੀ ਸੀ ਉਹ ਮੁੱਕ ਡੋਂਟ ਗੋ ਅਰਥ ਬੰਦੇ ਨੇ ਮੈਨੂੰ ਨਹੀਂ ਲੱਗਦਾ ਉਹ ਕੈਪਟਨ ਸਾਹਿਬ ਨੂੰ ਉਹ ਸੰਭਾਲ ਪਾਣਗੇ ਮੈਨੂੰ ਕਹਿੰਨ ਚ ਕੋਈ ਇਤਰਾਜ਼ ਨਹੀਂ ਬੜੇ ਅੱਛੇ ਲੀਡਰ ਨੇ ਬਹੁਤ ਹੀ ਵਧੀਆ ਲੀਡਰ ਨੇ ਕੈਪਟਨ ਸਾਹਿਬ ਨੂੰ ਸੰਭਾਲ ਕੌਣ ਸਕਦਾ ਗੁਲਾਮ ਨਬੀ ਸਾਹਿਬ ਪਰਨਾਮ ਗੁਰਜੀ ਸਾਹਿਬ ਉੱਪਰ ਚਲੇ ਗਏ ਉਹ ਸਨ ਜਿਹੜੇ ਜਿਹੜੇ ਬਾਹਰ ਠਾਕਰ ਰੱਖਦੇ ਸੀ ਇਹਨਾਂ ਕਿ ਬੈਠੀਏ ਅਭੀ ਵੇਟ ਕਰੀਏ ਕਿਉਂਕਿ ਇਹਨਾਂ ਅੰਦਰ 5 ਸਟਾਰ ਕਲਚਰ ਹੈ ਉਹ ਕਿਹੜਾ ਕਾਂਗਰਸ ਦਾ ਵਰਕਰ ਹੈ ਜਿਹੜਾ ਅੰਮ੍ਰਿਤਸਰ ਤੋਂ ਚੱਲ ਕੇ ਇੱਥੇ ਆਇਆਗਾ ਤੇ ਫਾਟੇ ਬੰਦੇ ਨੂੰ ਰੇਲਵੇ ਸਟੇਸ਼ਨ ਤੋਂ ਚੁੱਕਦੇ ਨਹੀਂ ਆਏ ਏਅਰਪੋਰਟ ਤੋਂ ਚੁੱਕਦੇ ਨੇ ਫਾਈਵ ਸਟਾਰਸ ਲੈ ਜਾਂਦੇ ਮੈਂ ਤਾਂ ਜਿੱਦਾਂ ਹਰੀਸ਼ਰਾਵਾ ਜੀ ਨੂੰ ਮਿਲਿਆ ਮੈਂ ਤਾਂ ਇੱਕੋ ਹੀ ਗੱਲ ਕਰਦਣਾ ਸਰ ਕਾਂਗਰਸ ਬਹਣੇ ਲੋਕਾਂ ਨੂੰ ਮਿਲਣਾ ਜਾਂ ਯੂਟੀ ਗੈਸਟ ਹਾਊਸ 'ਚ ਮਿਲਣਾ ਗਲਾਮ ਨਬੀ ਜ਼ਾਦ ਮਿਲਦਾ ਸੀ ਇਹਦੀ ਫਾਈਵ ਸਟਾਰ ਹੋਟਲਾਂ 'ਚ ਨਹੀਂ ਜਾਂਦਾ ਸੀ ਸੈਵਨ ਸਟਾਰ ਹੋਟਲਾਂ 'ਚ ਨਹੀਂ ਜਾਂਦਾ ਸੀ ਕਦੀ ਸੁਣਿਆ ਅੱਜ ਤੱਕ ਮੈਂ ਤਾਂ ਤਿੰਨ ਚਾਰ ਮੁੱਖ ਮੰਤਰੀਆਂ ਨਾਲ 6 ਮੁੱਖ ਮੰਤਰੀਆਂ ਨਾਲ ਕੰਮ ਕਰ ਸਕਾਂ ਦੋ ਬਾਹਰਲੀ ਸਟੇਟਾਂ 'ਚ ਚਾਰ ਆਪਣੇ ਮੁੱਖ ਮੰ ਅਜੇ ਬਲੀ ਸਾਬ ਤੁਸੀਂ ਕਿਹਾ ਕਿ ਤੁਸੀਂ ਮੁੱਦੇ ਨਹੀਂ ਛੱਡੋਗੇ ਲੋਕਾਂ ਨੇ ਵੀ ਮੁੱਦੇ ਨਹੀਂ ਛੱਡਣੇ ਆ ਹਾਲਾਂਕਿ ਆਰਡੀਨੈਂਸ ਕਰਕੇ ਬੀਬਾ ਹਰਸਿਮਰਤ ਕਰ ਬਦਲ ਨੇ ਕੁਰਸੀ ਛੱਡੀ ਹੈ ਪਰ ਆਪਣੇ ਵਾਲੇ ਕੁਰਸੀ ਕਦੋਂ ਛੱਡਣਗੇ ਕਿਉਂਕਿ ਸਵਾਲ ਹੁਣ ਇਹ ਵੀ ਉੱਠ ਰਹੇ ਨੇ ਕਿ ਜੇ ਹਰਸਿਮਰਤ ਕਰ ਬਦਲ ਕੁਰਸੀ ਛੱਡ ਚੱਕ ਦੀਏ ਕਿਸਾਨਾਂ ਦੇ ਲਈ ਤਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੈਮ ਦੇ ਲਈ 20 ਘਟਾਲੇ ਦੇ ਲਈ ਜ਼ਹਿਰੀਲੀ ਸ਼ਰਾਬਾਂ ਦੇ ਲਈ ਆਪਣੇ ਵਾਲੇ ਕੁਰਸੀ ਕਦੋਂ ਛੱਡਣਗੇ ਤੁਸੀਂ ਰੇਤੇ ਦਾ ਤੇ ਭੋਲੀ ਕਿ ਜਿਹੜਾ ਸਭ ਤੋਂ ਵੱਡਾ ਘਟਾਲਾ ਹੈ 50 ਹਜ਼ਾਰ ਕਰੋੜ ਤੋਂ ਵੱਧ ਘਟਾਲਾ ਮੈਂ ਤਾਂ ਨਰਿੰਦਰ ਮੋਦੀ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਹੈਗੀ ਨਰਿੰਦਰ ਮੋਦੀ ਜੀ ਅੱਜ ਫੇਰ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਇੱਕੋ ਹੀ ਘਟਾਲਾ ਲੈ ਲਓ ਬਾਕੀ ਸਾਰੇ ਛੱਡ ਦਿਓ ਇਹ ਉਹਦੇ ਚ ਰਗੜੇ ਚ ਆ ਜਾਣਗੇ ਕਿਹੜਾ ਅੱਜ ਦੇਖੋ ਪੰਜਾਬ ਦਾ ਜਿਹੜਾ ਸਿਰ ਕਟਵਾ ਲੀਡਰ ਜਿਹੜਾ ਖੱਡਾਂ ਦਾ ਕੰਮ ਨਹੀਂ ਕਰ ਰਿਹਾ ਜਿਸ ਦੇ ਕੋਲ ਅਮਰਿੰਦਰ ਸਿੰਘ ਨਹੀਂ ਕਰਾਦਾ ਅਮਰਿੰਦਰ ਸਿੰਘ ਤਾਂ ਤਾਂ ਕੱਟ ਚੱਲਦਾ ਹੀ ਨਹੀਂ ਉਹ ਕੋਈ ਮੈਨੂੰ ਇਸ ਚੀਜ਼ ਦਾ ਬੜੀ ਅੱਛੀ ਤਰੀਕੇ ਨਾਲ ਪਤਾ ਐ ਐਸਐਸਬੀ ਨੂੰ ਫੋਨ ਚੱਲ ਰਿਹਾ ਹੈਗਾ ਜਾਂ ਡੀਜੀਪੀ ਸਾਹਿਬ ਦਾ ਫੋਨ ਚੱਲ ਜਾਏਗਾ ਉਹ ਕੱ ਤੁਸੀਂ ਵੀਡੀਓ ਸੁਣੀ ਹੋਣਗੀਆਂ ਉਹ ਇਸ ਕਰਕੇ ਕੁਟਾਲੇ ਤੇ ਪੰਜਾਬ ਦੇ ਜੇ ਛੱਡੋ ਮੁੱਖ ਮੰਤਰੀ ਜੀ ਕਿਉਂ ਨਹੀਂ ਛੱਡਦੇ ਉਹ ਨਾਲ ਜਿਹਨੂੰ ਕਹਿੰਦੇ ਨੇ ਨਾ ਗੂੰਦ ਲਾ ਲਈ ਉਹਨਾਂ ਨੇ ਕੋਈ ਫਿਕਸ ਲਾ ਲਈ ਉਹਨਾਂ ਨੇ ਕਿੱਥੇ ਆ ਸੀਟ ਤੇ ਉਹਦੇ ਚਪਕ ਗਏ ਨੇ ਜਿਹੜਾ ਉਹਨਾਂ ਦਾ ਵਿਰੋਧ ਚ ਗੱਲ ਕਰੇਗਾ ਉਹਨੂੰ ਪਾਰਟੀ ਦਾ ਬਾਹਰ ਦਾ ਚਾਹੇ ਨਵਜੋਤ ਸਿੰਘ ਸਿੱਧੂ ਹੋਵੇ ਤੇ ਦੋ ਸਾਬਕਾ ਉਹ ਹੁਣ ਤੇ ਜਿੰਨਾਂ ਕੋ ਮੈਂ ਛੋਟਾ ਲੀਡਰ ਸੀ ਮੇਰੇ ਨਾਲ ਹੋਇਆ ਮਤਲਬ ਇਹ ਕਹਿੰਦਾ ਅੱਜ ਤਾਂ ਸੇਵਾ ਕੀਤੀ ਅਮਰਿੰਦਰ ਸਿੰਘ ਸਾਹਿਬ ਤੁਹਾਡੀ ਤੇ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ ਤੇ ਸਾਡੀ ਪ੍ਰਮਾਤਮਾ ਅਰਦਾਸ ਜਰੂਰ ਸੁਨੇਗਾ ਜੇ ਅਮਰਿੰਦਰ ਸਿੰਘ ਨੂੰ ਤੋਰਦਾ ਕਰੇਗਾ ਜਿਹੜੇ ਪੰਜਾਬ ਦੇ ਗਰੀਬਾਂ ਨਾਲ ਹੋਇਆ ਜਿਹੜੇ ਪੰਜਾਬ ਦੇ ਜਿਹੜੇ ਜਿਹੜੇ ਮੱਧ ਵਰਗ ਦੇ ਲੋਕ ਸੀ ਉਹਨਾਂ ਨਾਲ ਹੋਇਆ ਜੋ ਇਮਪਲਾਈਜ਼ ਨਾਲ ਹੋਇਆ ਜੋ ਕਿਸਾਨਾਂ ਨਾਲ ਹੋਇਆ ਜੋ ਪੰਜਾਬ ਦੇ ਵਿੱਚ ਡਾਂਗ ਫੇਰੀ ਗਈ ਜੋ ਲਾਅ ਔਰ ਕਾਨੂੰਨ ਹੋਇਆ ਜੋ ਡਕੈਤੀਆਂ ਪਈਆਂ ਤੁਹਾਡੇ ਸਾਹਮਣੇ ਜੋ ਲੋਕ ਮਰੇ ਸ਼ਰਾਬ ਦੇ ਨਾਲ ਕੀ ਕੀ ਗੱਲਾਂ ਨੇ ਪੰਜਾਬ ਦੇ ਅੰਦਰ ਅਮਰਿੰਦਰ ਸਿੰਘ ਸਾਹਿਬ ਤੁਹਾਨੂੰ ਕੋ ਪੁੱਛਣ ਵਾਲਾ ਹੈ ਰੱਬ ਤੋਂ ਬਾਅਦ ਤੇ ਤੁਹਾਡਾ ਨੰਬਰ ਤੁਸੀਂ ਲੋਕਾਂ ਦੀ ਸੇਵਾ ਕੀ ਕੀਤੀ ਤੁਸੀਂ ਤਾਂ ਲੋਕ ਹੀ ਮਾਰਦੇ ਪੰਜਾਬ ਦੇ ਜੋ ਪਿਛਲੀ ਸਰਕਾਰ ਨੇ ਕੀਤਾ ਸੀ ਉਹਨਾਂ ਨੂੰ ਤੋੜਦਾ ਕੀਤਾ ਸੀ ਉਸ ਤੋਂ ਜ਼ਿਆਦਾ ਗੁਨਾਹ ਤਾਂ ਤੁਸੀਂ ਕੀਤਾ ਪੰਜਾਬ ਦੇ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਮਤਲਬ ਇਹਨਾਂ ਨੂੰ ਇੰਨਾਕ ਨਹੀਂ ਹੈਗਾ ਕਿ ਇੰਨਾ ਕੁਝ ਹੋ ਗਿਆ ਹੈ ਸਵਾਲ ਉੱਠ ਰਹੇ ਨੇ ਅਸੀਂ ਵੀ ਇਸਤਫਾ ਦੇਈਏ ਨਾ ਨਾ ਉਹ ਇਹਨਾਂ ਨੂੰ ਸ਼ਰਮ ਹੈ ਮੈਂ ਐਡੀ ਵੱਡੀ ਜਦੋਂ ਬੰਦਾ ਸੀਟ ਤੇ ਚੱਲੇ ਜਾਏ ਨਾ ਉਹ ਸ਼ਰਮ ਸ਼ਰਮ ਛੜੀ ਉਹ ਖਤਮ ਹੋ ਜਾਂਦੀ ਹੈ ਸ਼ਰਮਾ ਸ਼ਰਮਾ ਲਈ ਕੋਗੀ ਉਸ ਫੈਮਿਲੀ ਤੋਂ ਨਹੀਂ ਆਏ ਜਿਨ੍ਹਾਂ ਨੇ ਗਰੀਬੀ ਵੇਖੀ ਹੋਏ ਜਿਨ੍ਹਾਂ ਨੇ ਇਹ ਵੇਖਿਆ ਵੇ ਵੀ ਰੋਟੀ ਕਿਵੇਂ ਖਾਣੀ ਹੈ ਜਿਨ੍ਹਾਂ ਨੇ ਇਹ ਵੇਖਿਆ ਵੇ ਕੀ ਉਹਨੂੰ ਕਮਾਣਾ ਕਿਵੇਂ ਇਹਨਾਂ ਨੇ ਇਹਨਾਂ ਨੇ ਸਿਰਫ ਮਾਂਜਣ ਦੀ ਕੋਸ਼ਿਸ਼ ਕੀਤੀ ਉੱਪਰੋਂ ਅਜ ਮਾਂਜ ਰਹ ਅੱਜ ਤੁਹਾਡੇ ਸਾਹਮਣੇ ਕੁਦਰਤੀ ਚੀਜ਼ਾਂ ਵੀ ਇਹਨਾਂ ਨੇ ਪੰਜਾਬ 'ਚ ਖਤਮ ਕਰਤੀਆਂ ਤੁਹਾਡੇ ਸਾਹਮਣੇ ਅਮਰਿੰਦਰ ਸਿੰਘ ਜੀ ਗੋਗਲੂਆਂ ਤੋਂ ਮਿੱਟੀ ਨਾ ਛਾੜੋ ਤੁਹਾਨੂੰ ਬਾਰ-ਬਾਰ ਬੇਨਤੀ ਕਰ ਰਹੇ ਹਾਂ ਤੁਸੀਂ ਨਾ ਕਿ ਉਹ ਲੋਕਾਂ ਨੂੰ ਕਿਸਾਨਾਂ ਦੇ ਬਾਰੇ 2 ਏਕੜ 5 ਏਕੜ ਦੀਆਂ ਗੱਲਾਂ ਨਾ ਕਰੋ ਤੁਸੀਂ ਕਿਸਾਨਾਂ ਵਾਸਤੇ ਕੀ ਕੀਤਾ ਤੁਸੀਂ ਜਵਾਬ ਦੇ ਦਿਓ ਟੀਵੀ 'ਤੇ ਤੁਹਾਡਾ ਪੋਲੀਟੀਕਲ ਸੈਕਟਰੀ ਜਿਹੜਾ ਜਿਪਸੀਆਂ ਲਾ ਕੇ ਫਰਦੇ ਨੇ ਇੱਕ ਵੀ ਲੈ ਆਓ ਮੇਰੇ ਸਾਹਮਣੇ ਲਿਆਓ ਮੈਂ ਡਿਬੇਟ ਕਰਦਾ ਆ ਓਪਨ ਡਿਬੇਟ ਕਰਦੇ ਹਾਂ ਜੇ ਨਾ ਇੱਕ ਬੰਦਾ ਵੀ ਇਹਨਾਂ ਦਾ ਜਵਾਬ ਦੇ ਦੇ ਸਿਰਫ ਨੋਟ ਕਮਾਨ ਤੇ ਸੋਆ ਨੇ ਦੇ ਪੋਲੀਟੀਕਲ ਸੈਕਟਰੀ ਜਿਹੜੇ ਉੱ ਜਿਹੜੇ ਇਹਨਾਂ ਦੇ ਖਾਸ ਬੰਦੇ ਨੇ ਜਿਹੜੇ 5 7 10 ਖਾਸ ਉਹਨਾਂ ਦੇ ਪਿੱਛੇ ਜਿਪਸੀਆਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਪਿੱਛੇ ਜਿਪਸੀਆਂ ਲੋਕਾਂ ਕੋਲ ਤਾਂ ਸਿਕਿਉਰਿਟੀ ਨਹੀਂ ਹੈਗੀ ਪਿੰਡਾਂ ਦੇ ਵਿੱਚ ਤਾਂ ਕਤਲ ਹੋ ਰਹੇ ਨੇ ਲੋਕ ਸ਼ਰਾਬਾਂ ਦੇ ਨਾਲ ਮਰ ਰਹੇ ਨੇ ਤੁਹਾਡੇ ਸਾਹਮਣੇ ਵਿਸਕੀਆਂ ਵੇਕਰੀਆਂ ਨੇ ਸਮਗਲਿੰਗ ਹੋ ਰਹੀਆਂ ਨੇ ਉਹਨਾਂ ਵਾਸਤੇ ਤਾਂ ਸੁਰੱਖਿਆ ਹੈ ਨਹੀਂ ਇਹਨਾਂ ਵਾਸਤੇ ਸੁਰੱਖਿਆ ਜਿਹਨੂੰ ਕਿਸੇ ਨੇ ਵੇਖਣਾ ਵੀ ਨਹੀਂ ਜਿਹਨੂੰ ਕੋਈ ਮਾਰਨ ਦੀ ਤਾਂ ਗੱਲ ਹੀ ਛੱਡੋ ਇਹੀ ਬੰਦੇ ਨੇ ਤੁਹਾਡੇ ਸਾਹਮਣੇ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਹੱਥ ਜੋੜਦੇ ਨੇ ਜਦੋਂ ਹੱਥ ਜੋੜਦੇ ਨੇ ਜੋ ਦੋ ਵਟਾਂ ਉਸ ਤੋਂ ਬਾਅਦ ਆ ਕੇ ਜਿਪਸੀਆਂ ਲਾ ਲੈਂਦੇ ਨੇ ਤੁਹਾਡੇ ਤੁਹਾਡੀ ਹੀ ਗ ਜਿਹੜੇ ਚਿੱਟੇ ਕੱਪੜੇ ਵਾਲੇ ਘੁੰਮਦੇ ਨੇ ਸਾਡੇ ਸਮਾਜ ਦੇ ਵਿੱਚ ਪੰਜ ਸਾਲਾਂ ਮਗਰੋਂ ਦਿਖਦੇ ਨੇ ਕਹਿੰਦੇ ਨੇ ਤੁਹਾਡੀ ਸੇਵਾ ਕਰਾਂਗੇ ਮੇਰੇ ਖਿਆਲ ਸਭ ਤੋਂ ਜ਼ਿਆਦਾ ਖਤਰਾ ਸਾਨੂੰ ਉਹਨਾਂ ਤੋਂ ਹੈ ਪਰ ਕੈਪਟਨ ਸਾਹਿਬ ਕਹਿੰਦੇ ਨੇ ਪਾਕਿਸਤਾਨ ਤੋਂ ਖਤਰਾ ਹੈ ਕੀ ਗੱਲ ਸਿਰਫ ਪਾਕਿਸਤਾਨ ਤੋਂ ਹੀ ਖਤਰਾ ਹੈ ਪਾਕਿਸਤਾਨੀਆਂ ਤੋਂ ਨਹੀਂ ਨੇ ਜਿਹੜੇ ਪਾਕਿਸਤਾਨੀ ਤੁਸੀਂ ਨਾਲ ਆਪਣੇ ਰੱਖੇ ਨੇ ਜਿਹੜੇ ਆਪਣੀਆਂ ਕੋਠੀਆਂ ਚ ਰੱਖੇ ਨੇ ਜਿਹੜੇ ਉਹਨਾਂ ਦੇ ਸਾਰੇ ਖਾਨਦਾਨਾਂ ਦੇ ਤੁਹਾਡੇ ਇੱਥੇ ਤੁਸੀਂ ਸਾਰਾ ਕੁਝ ਬਾਹਰ ਹੀ ਭੇਜ ਰਹੇ ਹੋ ਇੱਥੋਂ ਜੋ ਕੁਛ ਆ ਸਾਰੇ ਇੱਥੇ ਕੰਮ ਉਹ ਤੁਹਾਡੇ ਪਾਕਿਸਤਾਨੀ ਆ ਕੇ ਕਰ ਦਿੰਦੇ ਨੇ ਤੁਹਾਡੇ ਪਾਕਿਸਤਾਨੀ ਤੁਹਾਡੇ ਘਰ ਦੇ ਵਿੱਚ ਰਹ ਰਹੇ ਨੇ ਹੋਰ ਵੀ ਪਾਕਿਸਤਾਨੀਆਂ ਕਈ ਲੈ ਕੇ ਆਉਂਦੇ ਨੇ ਉਹ ਉਹਨਾਂ ਤੋਂ ਤੁਹਾਨੂੰ ਖਤਰਾ ਨਹੀਂ ਤੁਸੀਂ ਪਾਕਿਸਤਾਨ ਦਾ ਨਾਂ ਕਿਉਂ ਲੈਂਦੇ ਹੋ ਤੁਸੀਂ ਪਾਕਿਸਤਾਨ ਦੀ ਗੱਲ ਕਿਉਂ ਕਰਦੇ ਹੋ ਯਾਰ ਤੁਸੀਂ ਆਪਣੇ ਪੰਜਾਬ ਦੀ ਗੱਲ ਕਰੋ ਤੁਹਾਡੇ ਅੰਦਰ ਤੁਹਾਡੇ ਕੋਲ ਸੁਰੱਖਿਆ ਹੈਗੀ ਇਹ ਸਾਡੇ ਲੋਕ ਹਿੰਦੁਸਤਾਨ ਦੇ ਨੇ ਅਸੀਂ ਹਿੰਦੁਸਤਾਨ ਦੇ ਲੋਕ ਹਾਂ ਡੰਕੇ ਦੀ ਝੋਟਨਾ ਕਰਨੇ ਸਾਡੇ ਕੋਈ ਭੇਤ ਪਾਵ ਨਹੀਂ ਆਗਾ ਕਿਉਂ ਖਾਲਸਤਾਨੀਆਂ ਦੀ ਗੱਲ ਕਰਦੇ ਕਿਉਂ ਪਾਕਿਸਤਾਨੀਆਂ ਦੀ ਗੱਲ ਕਰਦੇ ਫੇਲੂਰ ਮੁੱਖ ਮੰਤਰੀ ਮੈਂ ਇਨੀ ਗੱਲ ਕਹਾਂਗਾ ਮੈਂ ਤੁਹਾਡੇ ਉਹ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਿਹਾ ਤੁਸੀਂ ਅਗਰ ਕਿਸਾਨੀ ਦੀ ਗੱਲ ਕਰੋ ਤੁਸੀਂ ਨੌਜਵਾਨਾਂ ਦੀ ਗੱਲ ਕਰੋ ਤੁਸੀਂ EMPLOYEES ਦੀ ਗੱਲ ਕਰੋ ਤੁਸੀਂ TEACHERS ਦੀ ਗੱਲ ਕਰੋ ਤੁਸੀਂ ਕਿਸਾਨਾਂ ਦੀ ਗੱਲ ਕਰੋ ਤੁਸੀਂ ਹੈਲਥ ਸਿਸਟਮ ਦੀ ਗੱਲ ਕਰੋ ਤੁਸੀਂ ਬੇਰੋਜ਼ਗਾਰੀ ਦੀ ਗੱਲ ਕਰੋ ਤਾਂ ਸਮਝੀ ਚਾਹੁੰਦੀ ਹੈ ਕਿ ਮੁੱਖ ਮੰਤਰੀ ਸਾ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਸਰ ਸਰ ਤੁਸੀਂ ਕਿਹਾ ਕਿ ਇੱਕ ਪਾਕਿਸਤਾਨੀ ਜਿਆਦਾ ਸਭ ਨੂੰ ਪਤਾ ਹੈ ਤੁਸੀਂ ਕਿਹਾ ਕਿ ਹੋਰ ਵੀ ਪਾਕਿਸਤਾਨੀ ਆਉਂਦੇ ਨੇ ਸਰ ਡੰਗਾ ਢੋਲ ਵਜਾਉਂਦੇ ਆਉਂਦੇ ਨੇ ਲਾਚੇ ਬਣ ਕੇ ਆਉਂਦੇ ਨੇ ਪੰਜਾਬੀ ਕਲਚਰ ਉਹਨਾਂ ਦਾ ਉੱਥੇ ਦਾ ਉਹ ਆਉਂਦੇ ਨੇ ਜਿੰਨੀ ਐਸ਼ੂ ਕਰ ਰਹੇ ਨੇ ਨਾ ਸਾਡੇ ਪੰਜਾਬ ਦੇ ਵਿੱਚ ਆ ਕੇ ਸਾਨੂੰ ਤੁਹਾਨੂੰ ਤਾਂ ਪਤਾ ਹੀ ਨਹੀਂ ਸਰ ਪੁਖਤਾ ਜਾਣਕਾਰੀ ਹੈ ਬਿਲਕੁਲ ਪੁਖਤਾ ਜਾਣਕਾਰੀ ਸਰ ਕਮਾਲ ਦੀ ਗੱਲ ਕਰਦੇ ਹੋ ਗੁਰਵਿੰਦਰ ਸਿੰਘ ਕਦੀ ਵੀ ਵਾਲੀ ਐ ਵਜਿ ਗੱਲ ਨਹੀਂ ਕਰੇਗਾ ਗੁਰਵਿੰਦਰ ਸਿੰਘ ਵਾਲੀ ਕੋਲ ਪੁਖਤਾ ਜਾਣਕਾਰੀਆਂ ਨੇ ਹਰ ਚੀਜ਼ ਦੀਆਂ ਨੇ ਅਜੇ ਆਉਣ ਵਾਲਾ ਸਮਾਂ ਤਾਂ ਦੇਖੋ ਸਰ ਦੱਸਾਂਗੇ ਕੈਨੇਡਾ ਕਿੱਥੇ ਗੱਲ ਚੱਲ ਰਹੀ ਹੈ ਉਹਨਾਂ ਦੀ ਦੱਸਾਂਗੇ ਦੁਬਈ 'ਚ ਕਿੱਥੇ ਗੱਲ ਚੱਲ ਰਹੀ ਹੈ ਦੁਬਈ 'ਚ ਕਿੱਥੇ ਕੀ ਕੀ ਗੱਲਾਂ ਨੇ ਪਿਛਲੇ ਇੰਟਰਵਿਊ 'ਚ ਤੁਸੀਂ ਇੱਕ ਵੀਡੀਓ ਦਾ ਜ਼ਿਕਰ ਕੀਤਾ ਸੀ ਕੈਪਟਨ ਸਾਹਿਬ ਜੀ ਤੁਸੀਂ ਉਹ ਦਿਖਾਈ ਨਹੀਂ ਦਿਖਾਵਾਂਗੇ ਸਰ ਦਰਸ਼ਕ ਪੁੱਛ ਰਹੇ ਨੇ ਬਾਲੀ ਸਾਹਿਬ ਵੀਡੀਓ ਕਿੱਥੇ ਹੈ ਉਹ ਨਹੀਂ ਉਹ ਮੈਂ ਦਿਖਾਵਾਂਗਾ ਜ਼ਰੂਰ ਵੀਡੀਓ ਅੱਜ ਜੋ ਸਮਾਂ ਨਹੀਂ ਦਿਖਾਉਂਦਾ ਉਹ ਵੀਡੀਓ ਦਿਖਾਵਾਂਗਾ ਸਾਡੇ ਕੋਲ ਖੁੱਲਾ ਸਮਾਂ ਹੈ ਬਿਲਕੁਲ ਨਹੀਂ ਤੁਹਾਡੇ ਕੋਲ ਖੁੱਲਾ ਸਮਾਂ ਹੋ ਸਕਦਾ ਮੇਰੇ ਕੋਲ ਤਾਂ ਅਜੇ ਫਿਰ ਮੇਰੇ ਕੋਲ ਰਹਿ ਜਾਈ ਜਾਏਗਾ ਹੋਰ ਵੀ ਵੀਡੀਓ ਨੇ ਸਰ ਉਹ ਤਾਂ ਸਿਰਫ ਇੱਕੋ ਹੀ ਹੈ ਹੋਰ ਵੀ ਚੀਜ਼ਾਂ ਨੇ ਦਿਖਾਵਾਂਗੇ ਇੱਕੋ ਜਿਹੜੀਆਂ ਗੱਲਾਂ ਕਹਿ ਰਹੇ ਹਾਂ ਉਹ ਬਿਲਕੁਲ ਕਰਾਂਗੇ ਹੋਰ ਵੀ بڑے ਖੁਲਾਸੇ ਕਰਾਂਗੇ ਇਹ ਤਾਂ ਛੂਟੀਆਂ ਗੱਲਾਂ ਨੇ ਜੀ ਵੀਡੀਓ ਸੀਡੀਓ ਤਾਂ ਅੱਜਕਲ ਕੋਈ ਅਬ ਜੀ ਮੈਨੇ ਨਹੀਂ ਰੱਖਦੇ ਚਲੋ ਚਲੋ ਵਾਪਸ ਸਿਆਸਤ ਦੇ ਆਉਣੇ ਹਾਂ ਕਿਹਾ ਜਾਂਦਾ ਕਿ ਕੈਪਟਨ ਸਾਹਿਬ ਨੇ ਨਜੋ ਸਿੰਘ ਸਿੱਧੂ ਨੂੰ ਖੁੱਡੇ ਲਾਈਨ ਲਾਤਾ ਪਰ ਜੋ ਹ ਹੁਣ ਹਾਲਾਤ ਬਣੇ ਹੋਏ ਨਹੀਂ ਤਾਨੂੰ ਕੀ ਲੱਗਦਾ ਹੈ ਨਜੋ ਸਿੰਘ ਸਿੱਧੂ ਨੇ ਵੀ ਕਿਸਾਨਾਂ ਨੂੰ ਲੈ ਕੇ ਟਵੀਟ ਕੀਤਾ ਹੈ ਬਹੁਤ ਲੰਮੇ ਸਮੇਂ ਤੋਂ ਬਾਅਦ ਕੋਈ ਗੱਲ ਨਜੋ ਸਿੰਘ ਸਿੱਧੂ ਵੱਲੋਂ ਆਈ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਬੋਲੇ ਨੇ ਜੀ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਤੁਹਾਡੇ ਮੁਤਾਬਕ ਸ਼ਰਮਣੇ ਕਾਲੀ ਦਲ ਨਹੀਂ ਆਂਦਾ ਕਾਂਗਰਸ ਨਹੀਂ ਆਂਦਾ ਤੇ ਕੈਪਟਨ ਸਾਹਿਬ ਨੂੰ ਖੋਡੇ ਲਾਈਨ ਕੌਣ ਲਾਏਗਾ ਨਜੋ ਸਿੰਘ ਸਿੱਧੂ ਅੱਜ ਕਰ ਰਹੇ ਆ ਤੁਹਾਨੂੰ ਅਰਾਸੀ ਲੋਕ ਸਾਥ ਦੇਣਗੇ ਉਹਦਾ ਪੂਰੀ ਟੀਮ ਬਣਾਵਾਂਗੇ 200 400 500 ਹਜ਼ਾਰ ਮੁੰਡਿਆਂ ਦੀ ਨੌਜਵਾਨਾਂ ਦੀ ਉਹ ਬਾਡੀ ਬਿਲਡਰ ਨੇ ਆ ਕੇ ਖੜੇ ਕਰਦੇ ਆਂਗੇ ਕਿ ਇਹਨਾਂ ਦੇ ਜਿਹੜੇ ਸਿਕਿਉਰਿਟੀ ਗਾਡੂ ਵਿਖਣੇ ਯਾਰ ਬੰਦੇ ਕਿੱਥੋਂ ਆ ਗਏ ਨੇ ਨਹੀਂ ਕਬਜ਼ੇ ਲੈਣੇ ਆ ਕਿ ਅਸੀਂ ਸੇਵਾ ਕਰਨੀ ਹੈ ਸਰ ਕਬਜ਼ੇ ਤੁਹਾਡੇ ਸਾਹਮਣੇ ਕੀ ਕਰ ਰਿਹਾ ਅਸੀਂ ਕਬਜ਼ੇ ਥੋੜੀ ਕਰਨੇ ਨੇ ਸਰ ਸੁਰੱਖਿਆ ਵੀ ਤੇ ਕਰਨੀ ਉਸ ਲੀਡਰ ਦੀ ਉਸ ਲੀਡਰ ਨੂੰ ਨਾਲ ਲੈ ਕੇ ਵੀ ਤੇ ਚੱਲਾਂਗੇ ਕੋਈ ਨਹੀਂ ਕਰਾਂਗੇ ਇਸ ਬੰਦੇ ਨੇ ਤੇ ਸਾਰੇ ਗੁੰਝੇ ਲਾ ਦਿੱਤੇ ਤੁਹਾਡੇ ਸਾਹਮਣੇ ਚਾਹੇ ਉਹ ਇਹਨਾਂ ਦੇ ਦੋ ਸਾਬਕਾ ਪ੍ਰਧਾਨ ਨੂੰ ਉਹਨਾਂ ਦਾ ਕੀ ਕੀਤਾ ਨਵਜੋਤ ਸਿੰਘ ਸਿੱਧੂ ਤਾਂ ਮੈਂ ਤਾਂ ਫਿਰ ਵੀ ਕਵਾਂਗਾ ਕਿ ਨਵਜੋਤ ਸਿੰਘ ਸਿੱਧੂ ਜੀ ਤੁਸੀਂ ਸੇਵਾ ਕਰਦੇ ਤੁਸੀਂ ਰਿਜ਼ਾਈਨ ਨਾ ਦਿੰਦੇ ਇਹ ਤੂੰ ਥਲਣਾ ਡਿਪਾਰਟਮੈਂਟ ਵੀ ਦੇ ਦਿੰਦੇ ਤਾਂ ਵੀ ਲੋਕਾਂ ਦੀ ਸੇਵਾ ਕਰਦੇ ਤੁਸੀਂ ਇੱਕ ਕੈਪੇਬਲ ਲੀਡਰ ਸੀ ਤੁਸੀਂ ਝੂਲੀ ਅੜ ਕੇ ਜੋ ਮੰਗੇ ਇਹਨੇ ਕਿਹੜਾ ਕੰਮ ਕੀਤਾ ਪੰਜਾਬ ਚ ਉਹ ਤਾਂ ਦੱਸ ਦਿਓ ਸਰ 168 ਵਾਅਦਿਆਂ ਦੇ ਵਿੱਚੋਂ 61 ਹੀ ਪੂਰੇ ਕਰਤੇ ਹੋਣ 6 ਹੀ ਪੂਰੇ ਕਰ ਦਿੱਤੇ ਹੋਣ ਸਰ ਮਾਤਾ ਕਾਠ ਦੀ ਤਾਂ ਗੱਲ ਛੱਡ ਜਿਹੜੇ ਮੇਨ ਲੋਕਾਂ ਦੇ ਨਾਲ ਜੁੜੇ ਹੋਏ ਨੇ ਉਹ ਅਮਰਿੰਦਰ ਸਿੰਘ ਜੀ ਨੇ ਕੋਈ ਕੰਮ ਹੀ ਪਜਾਨੇ ਕੀਤਾ ਨਾ ਵੀਡੀਓ ਤੇ ਆਓ ਨਾ ਲੋਕਾਂ ਨੂੰ ਜਾਓ ਤੁਸੀਂ ਪਹਿਲੇ ਵੀ ਅੰਦਰ ਸੀ ਉਹ ਹੁਣ ਤਾਂ ਕਰੋਨਾ ਆ ਗਿਆ ਹੁਣ ਤੁਸੀਂ ਵੈਸੇ ਹੀ ਬੰਦ ਕਰਦੇ ਹੋ ਜੀ ਮੈਂ ਤਾਂ ਮਿਲਣਾ ਮਲਾਣਾ ਨਹੀਂ ਕਿਉਂਕਿ ਮੈਂ ਤਾਂ ਚਲੀ ਜਾਣਾ ਹੁਣ ਨਹੀਂ ਹਾਲੀ ਦੇ ਵਿੱਚ ਬਾਹਰ ਆਏ ਸੀ ਨਾ ਗਵਰਨਰ ਸਾਹਿਬ ਨੂੰ ਮਿਲਣ ਗਏ ਸੀ ਤਾਂ ਕਿਉਂਕਿ ਕਿਸਾਨਾਂ ਦਾ ਮੁੱਦਾ ਸੀ ਮੀਡੀਆ ਖੜੀ ਸੀ ਤਾਂ ਕਿ ਕਪਤਨ ਸਾਹਿਬ ਸਾਨੂੰ ਕਿਸਾਨਾਂ ਦੇ ਮੁੱਦੇ ਕਰਕੇ ਨਹੀਂ ਗਏ ਸਨ ਉਹ ਵੀ ਸਾਨੂੰ ਪਤਾ ਕਿਹੜਾ ਮੁੱਦਾ ਅੰਦਰ ਹੱਲ ਕਰਨ ਗਏ ਸਨ ਉਹ ਛੱਡੋ ਸਰ ਬਾਹਰ ਵਿੱਚ ਬਿਆਨ ਹੋਰ ਦਿੰਦੇ ਨੇ ਅੰਦਰ ਕੁਝ ਹੋਰ ਜਾਂਦੇ ਨੇ ਕਪਤਨ ਨਮਰਿੰਦਰ ਜੀ ਦੱਸਿਆ ਨਵੀਂ ਦੱਸਿਆ ਨਵੀਂ ਦੱਸੋ ਮੈਂ ਕਹ ਉਹ ਨਹੀਂ ਅਜੇ ਨਹੀਂ 99 ਤੋਂ ਜਾਣਦਾ ਮੈਂ 99 'ਚ ਮਨੂੰ ਤੀਜਾ ਚੌਥਾ ਅਸੈਂਕਰੀ ਬਣਾਇਆ ਸੀ ਉਹਨਾਂ ਨੇ ਤਾਂ 99th ਆ ਜੇ ਦੇਖ ਲੋ ਵੀ ਚੱਲ ਰਿਹਾ ਯਾਨੀ 21 ਸਾਲ ਹੋ ਗਏ ਮਨ ਕੈਪਟਨ ਮਨਿੰਦਰ ਸਿੰਘ ਜੀ ਨਾਲ ਇਹਨਾਂ ਦੇ ਹਾਥੀ ਕੇ ਜੋ ਦਾੰਤਾਂ ਦਿਖਾਣੇ ਕੇ ਕੁਛ ਹੋਰ ਖਾਣੇ ਕੇ ਕੁਛ ਹੋਰ ਮੈਂ ਤੁਹਾਨੂੰ ਬੇਨਤੀ ਕਰਕੇ ਨਿਕਲ ਗਿਆ ਨਾ ਇਹਨਾਂ ਦੀਆਂ ਗੱਲਾਂ ਬਾਤਾਂ ਜੜੀਆਂ ਮੈਂ ਤਾਂ ਇਹਨਾਂ ਦੀ ਵੀਡੀਓ ਡਿਲੀਟ ਕਰ ਦਣਾ ਜਦੋਂ ਇਹ ਆਂਦੇ ਨੇ ਨਾ ਮੈਂ ਕਹਿੰਦਾ ਯਾਰ ਹੁਣ ਝੂਠ ਹੀ ਬੋਲਣਾ ਇਹਨਾਂ ਨੇ ਆ ਕੇ ਓ ਯਾਰ ਕੋਈ ਤਾਂ ਹੱਲ ਕਰੋ ਇਹਨਾਂ ਵਿਸ਼ਵਾਸ ਬਿਲਕੁਲ ਇਹਨਾਂ ਵਿਸ਼ਵਾਸ ਇਹਨਾਂ ਦੀ ਵੀਡੀਓ ਡਿਲੀਟ ਕਰ ਦਿੱਤਾ ਕਿ ਇਹਨਾਂ ਨੇ ਹੁਣ ਝੂਠ ਬੋਲਣਾ ਆ ਕੇ ਲੋਕਾਂ ਆ ਕੇ ਹੁਣ ਲੋਕ ਝੂਠ ਦੇ ਸਾਸਰੇ ਤੇ ਤੁਹਾਡੇ ਨਾਲ ਨਹੀਂ ਚੱਲਣੇ ਸਰ ਤੁਸੀਂ ਇਲ ਕਿਉਂਕਿ ਬਾਦਲ ਸਾਹਿਬ ਨੂੰ ਜਾਣਾ ਸੀ ਇਹਨਾਂ ਨੇ ਕਿਉਂ ਜੜਾ ਆਮ ਆਦਮੀ ਪਾਰਟੀ ਦਾ ਉੱਥੇ ਗਿਆ ਸੀ ਉਹਨੇ ਕੋਈ ਨਾ ਕੋਈ ਖੋਰਾ ਲਾਦਾ ਨਹੀਂ ਕਰ ਉਹਨਾਂ ਨੂੰ ਹਰਾਣਾ ਮੁਸ਼ਕਲ ਸੀ ਮਗਰ ਇਹਨੇ ਕਿਹਾ ਵੀ ਜਿਆਦਾ ਵੋਟਾਂ ਦੇਣਾ ਆ ਰਹੇ ਤੁਸੀਂ ਕੀ ਕਰਨਾ ਜਾ ਕੇ ਲੰਬੀ ਤੇ ਤੁਸੀਂ ਦੋ ਵੋਟਾਂ ਦੋ ਜਗ੍ਹਾ ਤੇ ਕਿਉਂ ਲੜ ਰਹੇ ਹੋ ਲੋਕਾਂ ਦੇ ਅੰਦਰ ਭਰਮ ਪੈਦਾ ਕਰਦੇ ਹੋ ਤੁਸੀਂ ਜਾ ਕੇ ਯਾਰ ਲੋਕਾਂ ਨੂੰ ਛੂਟ ਬੋਲਦੇ ਹੋ ਤੁਸੀਂ ਜਾ ਕੇ ਹੋ ਜੀ ਹੋਰ ਬੜੀਆਂ ਗੱਲਾਂ ਦੱਸਾਂਗੇ ਸਰ ਆਣ ਵਾਲੇ ਸਮੇਂ 'ਚ ਤੁਸੀਂ ਜਿੰਦੇ ਰਹੋ ਵਸਦੇ ਰਹੋ ਮਹਾਰਾਜ ਤੁਹਾਨੂੰ ਵੀ ਉਮਰ ਦੇਈ ਤੇ ਸਾਨੂੰ ਵੀ ਦੇਵੇ ਤੇ ਲੋਕਾਂ ਨੂੰ ਅਗਾਂਹ ਕਰਾਂਦੇ ਰਾਵਾਂਗੇ ਕਿ ਹੁਣ ਵੋਟ ਦੇਣ ਤੋਂ ਪਹਿਲਾਂ ਆਪਣਾ ਕੈਂਡੀਡੇਟ ਔਰ ਸੀਐਮ ਦਾ ਕੈਂਡੀਡੇਟ ਜ਼ਰੂਰ ਦੇਖ ਲੈਣਾ ਕੋਣ ਤੁਸੀਂ ਗੱਲ ਕਹੀਏ ਕਿ ਹੁਣ ਜਨਜੋਤ ਸਿੰਘ ਸਿੱਧੂ ਨੇ ਉਹ ਖੁੱਡੇ ਲਾਈਨ ਲਾਣ ਕੇ ਕੈਪਟਨ ਨੂੰ ਤੁਹਾਡੇ ਮੁਤਾਬਕ ਤੇ ਲੇਕਿਨ ਖੁੱਡੇ ਲਾਈਨ ਨੂੰ ਇਕੱਲੇ ਲਾਉਣਗੇ ਕਾਂਗਰਸ ਦੇ ਵਿੱਚ ਰਹਿ ਕੇ ਲਾਉਣਗੇ ਜਾਂ ਫਿਰ ਜਿਵੇਂ ਚਰਚਾਵਾਂ ਇਹ ਵੀ ਨੇ ਕਿ ਭਾਜਪਾ ਦੀ ਐਂਟਰੀ ਪੰਜਾਬ ਦੇ ਵਿੱਚ ਹੋਣ ਵਾਲੀ ਬੜਾ ਅੱਛਾ ਕੁਐਸਚਨ ਹੈ ਤੁਹਾਡਾ ਮੈਂ ਤੇ ਇੰਨੀ ਗੱਲ ਕਹ ਰਿਹਾ ਇਹ ਸੋਚ ਔਰ ਕਿਆਸਾ ਸਾਡੀ ਕਿ ਉਹ ਬੀਜੇਪੀ ਜੀ ਰਣਗੇ ਜਾਂ ਆਪ ਚ ਜਣਗੇ ਜਾਂ ਕਾਂਗਰਸ ਚ ਰਣਗੇ ਮੈਂ ਤੇ ਇੰਨੀ ਗੱਲ ਕਹਾਂਗਾ ਜਿਨ੍ਹਾਂ ਜਿਹੜੇ ਜਿਨ੍ਹਾਂ ਕੋਲੋਂ ਮੈਂ ਜਿਨ੍ਹਾਂ ਨਾਲ ਬੈਠਦਾ ਹੁੰਦਾ ਬੜੇ ਸੀਨੀਅਰ ਹੋਰ ਬੜੇ ਵੱਡੇ ਹੋ ਜਿਹੜੇ ਵਾਕਈ ਜਿਨ੍ਹਾਂ ਦਾ ਸਾਡੇ ਤੋਂ ਵੀ ਜ਼ਿਆਦਾ ਬੜਾ ਅਨੁਭਵ ਹੈ ਉਹ ਤਾਂ ਇੱਕੋ ਹੀ ਗੱਲ ਕਹਿੰਦੇ ਨੇ ਇਹ ਕਿ ਅੱਜ ਬਹੁਤ ਵੱਡਾ ਮੌਕਾ ਨਵਜੋਤ ਸਿੰਘ ਸਿੱਧੂ ਕੋਲ ਇਸ ਤੋਂ ਬਾਅਦ ਇਹ ਮੌਕਾ ਨਹੀਂ ਮਿਲਣਾ ਨਵਜੋਤ ਸਿੰਘ ਸਿੱਧੂ ਨੂੰ ਇਹ ਮੈਂ ਤੁਹਾਨੂੰ ਅੱਜ ਐਲਾਨੀਆਂ 22 22 ਤੇ ਨਿਕਲ ਕੇ ਰਿਹਾ ਦੁਬਾਰਾ ਮੌਕਾ ਨਹੀਂ ਮਿਲਣਾ ਅੱਜ ਸਾਰੀਆਂ ਪਾਰਟੀਆਂ ਚ ਪੁੱਛ ਆਉਦੀ ਜੋ ਔਰ ਲੋਕਾਂ ਦੇ ਵਿੱਚ ਵੀ ਪੁੱਛ ਹੈ ਇਹ ਮਤਲਬ ਕਿ ਸਖਤ ਹੈ ਜਿਹੜਾ ਸੀਐਮ ਸਖਤ ਹੋਏਗਾ ਪੰਜਾਬ ਚ ਉਹੀ ਹੁਣ ਚਲਾ ਪਾਏਗਾ ਜਿਹੜਾ ਲੇਜੀ ਹੋ ਢਿੱਲਾਪਾ ਨੇ ਹੋਏਗਾ ਕੈਪਟਨ ਮਰਿੰਦਰ ਸਿੰਘ ਵਰਗਾ ਉਹ ਨਹੀਂ ਹੁਣ ਚਲਾ ਪਾਏਗਾ ਲੇਕਿਨ ਭਾਜਪਾ ਦੀ ਐਂਟਰੀ ਨੂੰ ਤੁਸੀਂ ਕਿਵੇਂ ਦੇਖੀ ਤੀ ਕਿਉਂਕਿ ਹੁਣ ਸੁਣਨ ਚ ਯਾਰ ਹੈ ਕਿ ਭਾਜਪਾ ਹੋ ਸਕਦਾ ਜਿਵੇਂ ਅਕਿਆਸਰਾਈਆਂ ਨੇ ਕਿ ਸ਼ਰਮਣ ਅਕਾਲੀ ਦਲ ਬਾਦਲ ਦੇ ਨਾਲ ਗੱਠਜੋੜ ਟੁੱਟ ਸਕਦਾ ਹੈ ਚੋਣਾਂ ਤੋਂ ਪਹਿਲਾਂ ਤਾਂ ਦੂਜੀ ਪਾਰਟੀ ਵੀ ਇੱਕ ਤਿਆਰ ਜਿਹੜੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਢੀਂਸਾ ਸਾਹਿਬ ਹੋਣੀ ਨੇ ਉਹ ਗੱਠਜੋੜ ਕਰ ਸਕਦੇ ਨੇ ਪਰ ਕੀ ਨਵਜੋਤ ਸਿੰਘ ਸਿੱਧੂ ਵਾਪਸੀ ਕਰ ਸਕਦੇ ਨੇ বিজেপি ਦੇ ਮੈਂ ਤਾਂ ਨਹੀਂ ਕੋਈ ਗੱਲ ਕਹ ਰਿਹਾ ਬਾਰ ਬਾਰ ਤੁਸੀਂ 300 ਸਾਮਾਨ ਯੋਗ ਉਹਨਾਂ ਦੀ ਗੱਲ ਕਰੋ ਤੁਸੀਂ ਸੁਖਵੀਰ ਜੀ ਦੀ ਗੱਲ ਕਰੋ ਤੁਸੀਂ ਕਿਸੇ ਦੀ ਗੱਲ ਕਰੋ ਅਜੇ ਬਹੁਤ ਜਲਦੀ ਇਹਨਾਂ ਚੀਜ਼ਾਂ ਤੇ ਮੈਂ ਤੁਹਾਨੂੰ ਬਾਰ ਬਾਰ ਇੱਕ ਗੱਲ ਕਹਾਂਗਾ ਜੜਾ ਮਰਜ਼ੀ ਅਲਾਈਅੰਸ ਕਰ ਲੈ ਮਗਰ ਓਵਰ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਹੈ ਮੈਂ ਤੁਹਾਨੂੰ ਬਾਰ ਬਾਰ ਇੰਨੀ ਗੱਲ ਕਹਿੰਦਾ ਜੜੇ ਲੋਕ ਨਹੀਂ ਕਿਉਂਕਿ ਮੈਂ ਪਿਛਲੀ ਇੱਕ ਬਾਈਟ ਉਹਨਾਂ ਦੀ ਬਰਿਹਾਈ ਵੀ ਕੀਤੀ ਸੀ ਬਰਿਹਾਈ ਇਸ ਕਰਕੇ ਕੀਤੀ ਸੀ ਕਿ ਉਹਨਾਂ ਨੇ ਨਖਿੱਦੀ ਨਹੀਂ ਕੀਤੀ ਉਹਨਾਂ ਨੂੰ ਕਰਨੀ ਚਾਹੀਦੀ ਸੀ ਅੱਜ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਕਿਹਾ ਕਹਿਣਾ ਚਾਹੀ ਅਸ ਕਿਸਾਨਾਂ ਦੇ ਪ੍ਰਤੀ ਅਸੀਂ ਗੱਲ ਵੀ ਨਹੀਂ ਕਰਦੇ ਇਹ ਅਮਰਿੰਦਰ ਸਿੰਘ ਉਹਨਾਂ ਦੇ ਕਹਿ ਰਿਹਾ ਕਿ ਜੀ ਮੈਂ ਉਹਨਾਂ ਦੇ ਕੰਮ ਕਰ ਰਿਹਾ ਡਾਂਗਾ ਫੇਰਦੇ ਤੁਸੀਂ ਰੋਜ਼ ਉਹਨਾਂ ਨੂੰ ਪੰਗਾ ਤੁਸੀਂ ਲਾਂਦੇ ਹੋ ਐਫ ਆਈ ਆਰ ਉਹਨਾਂ ਦੇ ਤੁਸੀਂ ਦਰਜ ਕਰਦੇ ਹੋ ਤੇ ਕਹਿੰਦਾ ਮੈਂ ਦੋ ਤੁਸੀਂ ਦੋ ਕਰਦੇ ਜਵਾਨਾਂ ਤੁਸੀਂ ਕਿਸਾਨਾਂ ਨੂੰ ਕੀ ਦਿੱਤਾ ਇਹ ਦੱਸ ਤੁਸੀਂ ਪੰਜ ਇੱਕੜ ਦੇ ਕਿਸਾਨਾਂ ਨੂੰ ਕੀ ਦਿੱਤਾ ਇਹ ਦੱਸ ਇੱਕ ਦਵਾ ਨਹੀਂ ਦਿੱਤੀ ਲੋਕ ਸੁਸਾਈਡ ਜਿੰਨੀ ਅਕਾਲੀ ਦਲ ਚ ਸੁਸਾਈਡ ਹੋਈਆਂ ਸੀ ਉਸ ਤੋਂ ਜ਼ਿਆਦਾ ਸੁਸਾਈਡ ਹੋਣ ਪੰਜਾਬ ਚ ਹੋਈਆਂ ਨੇ ਤੁਸੀਂ ਕੀ ਦਿੱਤਾ ਤੁਸੀਂ ਕਹਿੰਸੀ ਅਸੀਂ ਨੌਕਰੀ ਦੇਵਾਂਗੇ ਤੁਸੀਂ ਦਿੱਤੀ ਉਹਨਾਂ ਦੇ ਬੱਚਿਆਂ ਨੂੰ ਕਿਸੇ ਨੂੰ ਤੁਸੀਂ ਕਹੇ ਸੀ ਉਹਨਾਂ ਦੀ ਜਿਹੜੀ ਘਰ ਲਈ ਹੋਈਗੀ ਉਹਨਾਂ ਦੀ ਵਾਈਫ ਹੋएगी ਉਹਨਾਂ ਨੂੰ ਮੈਡੀਕਲ ਰੇਟ ਦੇਵਾਂਗੇ ਤੁਸੀਂ ਦਿੱਤੀ ਤੁਸੀਂ ਕਹੇ ਸੀ 10 ਲੱਖ ਰੁਪਏ ਦੇਵਾਂਗੇ ਤੁਸੀਂ ਦਿੱਤਾ ਕਿਉਂ ਤੁਸੀਂ ਇਹੋ ਜੀ ਗੱਲ ਕਰਦੇ ਹੋ ਕਿ ਅਸੀਂ ਕਿਸਾਨਾਂ ਦੇ ਬੜੇ ਹਤੀਸ਼ੀ ਬਿਲਕੁਲ ਵੀ ਕਪਟਨ ਤਾਂ ਕਿਸਾਨਾਂ ਦਾ ਹਤੀਸ਼ੀ ਹੈ ਹੀ ਨਹੀਂ ਉਹ ਕਿਸੇ ਦਾ ਵੀ ਹਤੀਸ਼ੀ ਨਹੀਂ ਹੈਗਾ ਪਤੇ ਨਿਕਲ ਕਾਉਂਗਾ ਸਰ ਸਦਨ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਆਇਆ ਹੈ ਨਹੀਂ ਸਰਦਾਰ ਜੀਐਸ ਵਾਲੀ ਜੀ ਹਾਲਾਂਕਿ ਇਹ ਭਵਿੱਖ ਦੇ ਗਰਭ ਵਿੱਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਸਮਿਕਰਣ ਕੀ ਹੋਣਗੇ ਪਰ ਇਹ ਦੇਖਣਾ ਦਿਲਚਸਪ ਰਹੇਗਾ ਕਿ ਜਿਵੇਂ ਭਵਿੱਖਬਾਣੀ ਜੀਐਸ ਬਾਲੀ ਜੀ ਨੇ ਕੀਤੀ ਹੈ ਕਿ ਜੋ ਮੁੱਖ ਮੰਤਰੀ ਨੇ ਉਹ ਨਜੋਤ ਸਿੰਘ ਸਿੱਧੂ ਹੀ ਬਣਨਗੇ ਜਾਂ ਫਿਰ ਮੁੱਖ ਮੰਤਰੀ ਦਾ ਚਿਹਰਾ ਨਜੋਤ ਸਿੰਘ ਸਿੱਧੂ ਹੋਣਗੇ ਕਿ ਇਹ ਸਹੀ ਸਾਬਤ ਹੋਵੇਗੀ ਜਾਂ ਫਿਰ ਨਹੀਂ ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰਸਾ ਚੰਡੀਗੜ੍ਹ